ਦਰਸ਼ਕੋ ਕਹਿਣ ਨੂੰ ਤਾਂ ਅਸੀਂ ਬਹੁਤ ਤਰੱਕੀ ਕਰ ਲਈ ਹੈ, ਸਮੁੰਦਰਾਂ ਦੀ ਗਹਿਰਾਈ ਮਾਪ ਲਈ ਹੈ, ਹਿਮਾਲਿਆ ਪਰਬਤ ਦੀਆਂ ਚੋਟੀਆਂ ਸਰ ਕਰ ਲਏ ਨੇ, ਚੰਦਰਮਾ ਤੱਕ ਪਹੁੰਚ ਗਿਆ, ਮੰਗਲ ਗ੍ਰਹਿ 'ਤੇ ਅਸੀਂ ਆਪਣੇ ਹਸਤਾਖਰ ਕਰ ਦਿੱਤੇ ਨੇ, ਐਟਮੀ ਤਾਕਤ ਬਣ ਗਏ ਹਾਂ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਸੀਂ ਅਰਥ ਵਿਵਸਥਾ ਵੀ ਹਾਂ, ਪਰ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਅਸੀਂ ਕੁਦਰਤ ਨਾਲ ਬੜਾ ਖਿਲਵਾੜ ਕੀਤਾ ਹੈ ਅਤੇ ਆਪਣੇ ਲਈ ਇੱਕ ਵੱਡਾ ਮਸਲਾ ਖੜ੍ਹਾ ਕਰ ਲਿਆ ਹੈ। ਲੋਕਾਂ ਦੇ ਸਾਹ ਘੁੱਟ ਰਹੇ ਨੇ, ਯਾਨੀ ਕਿ ਜ਼ਿੰਦਗੀ ਜਿਹੜੀ ਹੈ ਉਹਨੂੰ ਸਾਹ ਨਹੀਂ ਆ ਰਿਹਾ। ਹਵਾਵਾਂ 'ਚ ਜ਼ਹਿਰ ਘੋਲਤਾ ਹੈ, ਪਾਣੀ 'ਚ ਅਸੀਂ ਜ਼ਹਿਰ ਮਿਲਾ ਦਿੱਤਾ ਹੈ ਔਰ ਜ਼ਮੀਨ ਬੰਜਰ ਕਰ ਦਿੱਤੀ ਹੈ, ਕਿਸਾਨ ਦੇ ਖੇਤਾਂ 'ਚ ਅੱਗ ਲੱਗੀ ਹੋਈ ਹੈ, ਇਹ ਸਭ ਕੁਛ ਹੋ ਕੇ ਰਿਹਾ ਹੈ। ਵਾਤਾਵਰਨ ਅਤੇ ਹਵਾ ਪ੍ਰਦੂਸ਼ਣ ਇੱਕ ਬਹੁਤ ਵੱਡਾ ਮਸਲਾ ਹੈ ਜਿਸ 'ਤੇ ਅਸੀਂ ਗੱਲਬਾਤ ਕਰਨੀ ਹੈ, ਪਰ ਇਹ ਸਭ ਕਰ ਕੌਣ ਰਿਹਾ ਹੈ, ਇਸ ਦਾ ਅੰਜਾਮ ਕੀ ਹੋਏਗਾ, ਇਸ ਦਾ ਹੱਲ ਕੀ ਹੈ, ਉਹ ਕੌਣ ਹੈ ਜਿਹਨੇ ਖੇਤਾਂ 'ਚ ਅੱਗ ਲਾਈ ਹੈ, ਉਹ ਕੌਣ ਹੈ ਜਿਹਨੇ ਪਾਣੀ 'ਚ ਜ਼ਹਿਰ ਘੋਲਿਆ ਹੈ, ਹਵਾਵਾਂ ਨੂੰ ਦੂਸ਼ਿਤ ਕੀਤਾ ਹੈ। ਇਹਨਾਂ 'ਤੇ ਗੱਲਬਾਤ ਕਰਨ ਲਈ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਕੋਲ ਬੈਠੇ ਨੇ ਹਰਬੀਰ ਸਿੰਘ ਜੀ, ਜਿਹੜੇ ਕਿ ਸੁਬਡਨ ਇੰਜੀਨੀਅਰ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਲੰਧਰ 'ਚ। ਇਹਨਾਂ ਦੇ ਨਾਲ ਹੀ ਅਸੀਂ ਸੱਦਾ ਦਿੱਤਾ ਹੈ ਵਾਤਾਵਰਨ ਪ੍ਰੇਮੀ ਡਾਕਟਰ ਬਲਵਿੰਦਰ ਲੱਖੇਵਾਲੀ ਜੀ ਨੂੰ, ਜਿਹੜੇ ਕਿ ਪ੍ਰੈਜ਼ੀਡੈਂਟ ਨੇ ਇੱਕ ਐਨ ਜੀ ਓ ਚਲਾ ਰਹੇ ਨੇ ਨੇਚਰ ਟ੍ਰੀ ਫਾਊਂਡੇਸ਼ਨ, ਨਾਲ ਹੀ ਨੇ ਡਿਪਟੀ ਡਾਇਰੈਕਟਰ ਪੈਮੇਤੀ ਦੇ। ਦਰਸ਼ਕੋ ਭੁੱਲਣਾ ਨਹੀਂ, ਲਾਈਵ ਫੋਨ ਇਨ ਪ੍ਰੋਗਰਾਮ ਹੈ, ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ, ਕਿਉਂਕਿ ਵਾਤਾਵਰਨ ਅਤੇ ਹਵਾ ਪ੍ਰਦੂਸ਼ਣ ਨਾਲ ਅਸੀਂ ਸਾਰੇ ਹੀ ਵਾਬਸਤਾ ਹਾਂ। ਤੁਸੀਂ ਫੋਨ ਦੇ ਨੰਬਰ ਘੁਮਾਓ, ਸਾਡੇ ਪ੍ਰੋਗਰਾਮ 'ਚ ਦਸਤਕ ਦਿਓ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਸਾਡੇ ਨੰਬਰ ਨੋਟ ਕਰ ਲਓ, ਨੰਬਰ ਹਨ 0818121 4141 61 ਅਤੇ 281 4464। ਪਰ ਸਭ ਤੋਂ ਪਹਿਲੇ ਅਸੀਂ ਬਲਬੀਰ ਸਿੰਘ ਜੀ ਨਾਲ ਗੱਲ ਕਰ ਰਹੇ ਹਾਂ ਕਿ ਇਹ ਸਭ ਕੀ ਹੋ ਰਿਹਾ ਹੈ, ਅਸੀਂ ਵਿਕਾਸ ਕਰ ਰਹੇ ਹਾਂ ਜਾਂ ਖੁਦਕਸ਼ੀ ਵੱਲ ਜਾ ਰਹੇ, ਤੁਸੀਂ ਕੀ ਕਹੋਗੇ ਇਸ ਬਾਰੇ? ਇਹ ਜਿਹੜੀ ਸਮੱਸਿਆ ਹੈ, ਇਹ ਸਾਡੀ ਤਰੱਕੀ ਹੈ, ਇਹ ਇੱਕ ਆਤਮ ਹੱਤਿਆ ਹੈ? ਪੋਲਿਊਸ਼ਨ ਦੇਖੋ ਵੱਧ ਜ਼ਰੂਰ ਹੈ, ਪਰ ਇਹਨਾਂ ਪੋਲਿਊਸ਼ਨਸ ਦੇ ਵਧਣ ਦੇ ਨਾਲ ਜਿੰਨੇ ਵੀ ਐਕਸ਼ਨ ਪਲਾਨਸ ਆਲਰੇਡੀ ਬਣੇ ਹੋਏ ਨੇ ਜੀ, ਔਰ ਐਕਸ਼ਨ ਪਲਾਨ 'ਤੇ ਪੁਰ ਜ਼ੋਰ ਕੰਮ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ, ਕੁਛ ਸਟੇਕ ਹੋਲਡਰ ਡਿਪਾਰਟਮੈਂਟਸ ਨੇ ਜਿਨ੍ਹਾਂ ਨੂੰ ਐਕਸ਼ਨ ਪਲਾਨ ਦੀ ਕੰਪਲਾਇੰਸ ਕਰਨ ਦੀ ਲੋੜ ਹੈ ਜੀ, ਔਰ ਉਹ 9 ਏਅਰ ਪੋਲੂਟਿੰਗ ਸਿਟੀਜ਼ ਡਿਕਲੇਅਰ ਕਰ ਦਿੱਤੇ ਗਏ ਹਨ ਪੰਜਾਬ ਦੇ, ਜਿਹਦੇ 'ਚੋਂ ਜਲੰਧਰ ਵੀ ਇੱਕ ਸਿਟੀ ਹੈ। ਅਤੇ ਉਸ ਐਕਸ਼ਨ ਪਲਾਨ ਦੇ ਵਿੱਚ ਸਾਡੇ ਕੋਈ 10 ਤੋਂ 12 ਸਟੇਕ ਹੋਲਡਰ ਡਿਪਾਰਟਮੈਂਟਸ ਨੇ ਜਿਨ੍ਹਾਂ ਨੇ ਇਹ ਪੋਲਿਊਸ਼ਨ ਕੰਟਰੋਲ ਕਰਨ 'ਚ ਸਾਡਾ ਯੋਗਦਾਨ ਪਾਉਣਾ ਹੈ, ਔਰ ਪਿਛਲੇ ਇੱਕ ਸਾਲ ਤੋਂ ਇਹ ਚੱਲ ਰਿਹਾ, ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਪੋਲਿਊਸ਼ਨ ਜਿਹੜਾ ਹੈ ਉਹ ਅੰਡਰ ਕੰਟਰੋਲ ਆ ਰਿਹਾ। ਪਰ ਇਹ ਜਿਹੜੀ ਗੱਲ ਆਪਾਂ ਕਰਦੇ ਹਾਂ ਜੀ, ਪੋਲਿਊਸ਼ਨ ਸਰਦੀਆਂ 'ਚ ਸਾਨੂੰ ਜ਼ਿਆਦਾ ਦਿਖਦਾ ਹੈ, ਇਹ ਇੱਕ ਇਨਵਾਇਰਮੈਂਟ ਦੇ ਵਿੱਚ ਇਨਵਰਸ਼ਨ ਹੁੰਦੀ ਹੈ, ਸਰਦੀਆਂ ਦੇ ਵਿੱਚ ਜਿਹੜੀ ਗੈਸਿਸ ਹੈਗੀਆਂ ਉਹ ਉੱਪਰ ਡਿਸਪਰਸ ਨਹੀਂ ਹੁੰਦੀਆਂ, ਥੱਲੇ ਰਹਿ ਜਾਂਦੀਆਂ ਹਨ, ਕਿਉਂਕਿ ਮੌਸਮ ਦੇ ਵਿੱਚ ਟੈਂਪਰੇਚਰ ਡਾਊਨ ਹੋਣ ਕਾਰਨ ਸਾਨੂੰ ਇਹ ਜ਼ਿਆਦਾ ਫੀਲ ਆਉਂਦੀ। ਬਿਲਕੁਲ ਠੀਕ ਗੱਲ ਹੈ, ਅੱਜ ਇਹ ਮਸਲਾ ਇੱਕ ਪੱਖ ਦਾ ਮਸਲਾ ਹੈ, ਸਭ ਤੋਂ ਬੜਾ ਮਸਲਾ ਹੈ ਕਿ ਸਾਹ ਲੈਣਾ ਔਖਾ ਹੋ ਰਿਹਾ, ਜ਼ਿੰਦਗੀ ਦਾ ਦਮ ਘੁੱਟ ਰਿਹਾ ਲੱਗਦਾ ਹੈ। ਅਸੀਂ ਲੱਖੇਵਾਲੀ ਜੀ ਜਿਹੜੇ ਕਿ ਵਾਤਾਵਰਨ ਪ੍ਰੇਮੀ ਹੈ ਔਰ ਵਾਤਾਵਰਨ ਨੂੰ ਸਮਰਪਿਤ ਨੇ, ਬੜਾ ਕੰਮ ਕਰ ਰਹੇ ਨੇ, ਪ੍ਰੈਜ਼ੀਡੈਂਟ ਨੇ ਨੇਚਰ ਟ੍ਰੀ ਫਾਊਂਡੇਸ਼ਨ ਜੀ, ਲੱਖੇਵਾਲੀ ਜੀ ਇਹ ਗੱਲ ਜਿਹੜੀ ਹੈ ਉਹ ਇਹ ਹੈ ਵੀ ਅਸੀਂ ਕਰ ਕੀ ਰਹੇ ਹਾਂ? ਮੈਂ ਦੱਸ ਰਿਹਾ ਸੀ ਵੀ ਤਰੱਕੀ ਕਰਦੇ ਕਰਦੇ ਅਸੀਂ ਕਿਤੇ ਨਾ ਕਿਤੇ ਆਪਣੇ ਸਾਹ ਘੁੱਟ ਲਏ ਨੇ। ਪਾਣੀ, ਹਵਾ, ਉਹ ਮੁਲਕ ਜਿੱਥੇ ਕਿ ਪਵਨ ਨੂੰ ਗੁਰੂ ਕਿਹਾ ਜਾਂਦਾ ਹੈ, ਪਾਣੀ ਨੂੰ ਪਿਤਾ ਕਿਹਾ ਜਾਂਦਾ ਹੈ, ਅਸੀਂ ਉਸਦੇ ਹੀ ਖਿਲਾਫ ਜਾ ਰਹੇ ਹਾਂ। ਡਾਕਟਰ ਸਾਹਿਬ, ਸਮੱਸਿਆ ਇਹ ਹੈ ਕਿ ਵੀ ਤੁਸੀਂ ਗੱਲ ਕੀਤੀ ਕਿ ਅਸੀਂ ਕਰ ਕੀ ਰਹੇ ਹਾਂ ਜੀ, ਅਸੀਂ ਗੰਦ ਪਾ ਰਹੇ ਹਾਂ ਸ਼ਰਿਆਮ ਜੀ, ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਸਵੇਰ ਤੱਕ ਅਸੀਂ ਧਰਤੀ ਦੀ ਜਿਹੜੀ ਹੈਗੀ ਹੈ ਹਿੱਕ ਆ ਉਹ ਛਲਣੀ ਕਰਤੀ ਹੈ, ਪੋਲਿਊਟ ਹੋ ਚੁੱਕੀ ਹੈ ਸਾਡੀ ਅਰਥ, ਪੋਲਿਊਟ ਹੋ ਚੁੱਕੀ ਹੈ ਪਾਣੀ, ਪੋਲਿਊਟ ਹੋ ਚੁੱਕੇ ਹੈ ਹਵਾ, ਪੋਲਿਊਟ ਹੋ ਚੁੱਕੀ ਹੈ ਸਪੇਸ ਤੱਕ, ਅਸੀਂ ਗੰਦ ਪਾਤਾ। ਕਹਿਣ ਨੂੰ ਵਿਕਾਸ ਕਹਿੰਦੇ, ਅਸੀਂ ਵਿਕਾਸ ਘੱਟ ਕੀਤਾ, ਵਿਨਾਸ਼ ਜ਼ਿਆਦਾ ਕੀਤਾ, ਬਿਲਕੁਲ। ਅਤੇ ਉਹਦਾ ਖਮਿਆਜ਼ਾ ਹੁਣ ਭੁਗਤ ਰਹੇ ਕਿ ਜਿਹੜੇ ਸਾਡੇ ਹੋਸਪਿਟਲ ਨੇ ਉੱਥੇ ਬੈੱਡ ਨਹੀਂ ਖਾਲੀ ਹੈਗੇ, ਸਹੀ। 3 ਮਿੰਟਾਂ ਵਿੱਚ ਔਨ ਐਂਡ ਐਵਰੇਜ, ਇਹ ਮਤਲਬ ਵਰਲਡ ਲੈਵਲ ਦਾ ਡਾਟਾ ਹੈਗਾ ਜਿਹੜੀ ਹੈਗੀ ਆ ਸਿਹਤ ਸੰਸਥਾ ਜਿਹੜੀ WHO ਦਾ, ਕਿ ਹਰ 3 ਮਿੰਟ ਬਾਅਦ ਇੱਕ ਬੱਚਾ ਜਿਹੜਾ ਪੋਲਿਊਸ਼ਨ ਦੇ ਕਾਰਨ ਭਾਰਤ 'ਚੋਂ ਜਿਹੜਾ ਅਲਵਿਦਾ ਕਰ ਕਹਿ ਦਿੰਦਾ ਦੁਨੀਆਂ ਨੂੰ, ਅਤੇ ਉਹਦਾ ਕਸੂਰਵਾਰ ਕੌਣ ਹੈ? ਅਸੀਂ ਸਾਰੇ ਹੀ ਹਾਂ ਜੀ ਜੀ, ਜਿਨ੍ਹਾਂ ਨੇ ਸਾਰਾ ਇਸ ਧਰਤੀ 'ਤੇ ਗੰਦ ਪਾਇਆ ਹੋਇਆ ਜੀ। ਅਤੇ ਸਾਨੂੰ ਲੱਗਦਾ ਕਿ ਵੀ ਅਸੀਂ ਤਾਂ ਬਹੁਤ ਸਾਫ਼ ਸੁਥਰੇ ਹਾਂ, ਚੰਗੇ ਕੱਪੜੇ ਪਾਲੇ ਆ, ਚੰਗੀ ਕਾਰ ਆ, ਚੰਗਾ ਘਰ ਆ, ਪਰ ਜਿਹੜਾ ਸਾਡਾ ਲਾਈਫ ਸਟਾਈਲ ਆ ਉਹਦੇ ਵਿੱਚ ਅਸੀਂ, ਚਾਹੇ ਅਸੀਂ ਕੋਈ ਵੀ ਹਾਂ, ਚਾਹੇ ਅਸੀਂ ਨੌਕਰੀ ਪੇਸ਼ਾ, ਚਾਹੇ ਖੇਤੀਬਾੜੀ ਵਾਲੇ ਹਾਂ, ਚਾਹੇ ਅਸੀਂ ਕੋਈ ਹੋਰ ਸੈਕਟਰ 'ਚ ਕੰਮ ਕਰਦੇ ਹਾਂ, ਸਾਰੇ ਆਪੋ ਆਪਣਾ ਯੋਗਦਾਨ ਪਾ ਰਹੇ ਹਾਂ, ਉਹ ਪੂਲ ਹੋ ਕੇ ਸਾਡੀ ਇਹ ਸਥਿਤੀ ਪਹੁੰਚੀ ਹੈ।
ਬਿਲਕੁਲ ਠੀਕ। ਲੱਖੇਵਾਲੀ ਜੀ ਨੇ ਚੇਤਾਵਨੀ ਦਿੰਦੇ ਹੋਏ ਸਾਨੂੰ ਸ਼ੀਸ਼ਾ ਦਿਖਾਇਆ ਹੈ ਕਿ 3 ਮਿੰਟ 'ਚ ਇੱਕ ਬੱਚਾ ਸਾਹ ਦੀ ਪ੍ਰੋਬਲਮ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਿਹਾ। ਦਰਅਸਲ ਅਸੀਂ ਬੱਚਿਆਂ ਨੂੰ ਦੇਖ ਹੀ ਰਹੇ ਹਾਂ, ਕਹਿਣ ਨੂੰ ਅਸੀਂ ਉਹਨਾਂ ਨੂੰ ਪੈਸੇ ਦੇ ਰਹੇ ਹਾਂ, ਜ਼ਮੀਨਾਂ ਜਾਇਦਾਦਾਂ ਦੇ ਰਹੇ ਹਾਂ, ਪਰ ਉਹਨਾਂ ਨੂੰ ਉਹਦੀ ਲੋੜ ਨਹੀਂ ਹੈ। ਉਹਨਾਂ ਨੂੰ ਸਾਫ਼ ਵਾਤਾਵਰਨ ਚਾਹੀਦੀ ਹੈ ਔਰ ਖੁੱਲ੍ਹਾ ਅਸਮਾਨ ਚਾਹੀਦਾ ਹੈ ਔਰ ਅੱਛੀ ਹਵਾ ਚਾਹੀਦੀ ਹੈ। ਤੁਸੀਂ ਹਰਬੀਰ ਸਿੰਘ ਜੀ, ਕਿਉਂਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਸਿੱਧੇ ਤੌਰ 'ਤੇ ਵਿਵਸਥਾ ਹੋ, ਇਹ ਕਿੰਨੀ ਤਰ੍ਹਾਂ ਦਾ ਪੋਲਿਊਸ਼ਨ ਵੱਧ ਰਿਹਾ ਹੈ? ਹਰ ਜਗ੍ਹਾ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਇਸ ਮੰਚ 'ਤੇ ਵੀ ਅਸੀਂ ਮਸਲੇ ਉਠਾਉਂਦੇ ਰਹਿੰਦੇ ਹਾਂ। ਇੱਕ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈ, ਕਈ ਤਰ੍ਹਾਂ ਦਾ ਪ੍ਰਦੂਸ਼ਣ ਹੈ। ਪ੍ਰਦੂਸ਼ਣ ਦੇਖੋ ਜੀ, ਸਭ ਤੋਂ ਪਹਿਲਾਂ ਹਵਾ ਦਾ ਪ੍ਰਦੂਸ਼ਣ ਜੀ, ਏਅਰ ਦੇ ਵਿੱਚ। ਦੂਸਰਾ ਪਾਣੀ ਦਾ ਪੋਲਿਊਸ਼ਨ ਜੀ, ਵਾਟਰ ਦਾ, ਜਿਹੜਾ ਕਿ ਸਾਡੇ ਜਿੰਨੇ ਵੀ ਰਿਵਰਸ ਸਰੋਤ ਹੈਗੇ ਨੇ ਪਾਣੀ ਦੇ, ਉਹ ਖਰਾਬ ਹੋ ਰਹੇ ਨੇ ਜੀ। ਮੈਂ ਤੁਹਾਨੂੰ ਇੱਕ ਗੱਲ ਫਿਰ ਦੱਸ ਦਿੰਦਾ ਵੀ ਚਾਹੇ ਵਾਟਰ ਦਾ ਹੈ ਚਾਹੇ ਏਅਰ ਦਾ ਹੈ, ਸਰਕਾਰਾਂ ਦੀ ਨੌਲੇਜ 'ਚ ਹੈ, ਐਕਸ਼ਨ ਪਲਾਨਸ ਬਣੇ ਹੋਏ ਹਨ ਔਰ ਉਹਨਾਂ 'ਤੇ ਪੂਰਾ ਕੰਮ ਚੱਲ ਰਿਹਾ ਹੈ। ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਸਾਡੀ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜੀ, ਉਹ ਸਾਨੂੰ ਪੂਰਾ ਉਹਨਾਂ ਦਾ ਇੱਥੇ ਇੱਕ ਸਾਡੇ 'ਤੇ ਪੂਰਾ ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਔਰ ਉਹ ਸਾਡੇ ਇੱਥੇ ਰੈਗੂਲਰ ਮੋਨੀਟਰਿੰਗ ਵੀ ਕਰ ਰਹੇ ਹਨ ਔਰ ਉਹਨਾਂ ਨੇ ਹੁਣ ਸਾਨੂੰ ਇੱਕ ਇਨਵਾਇਰਮੈਂਟਲ ਕੰਪਨਸੇਸ਼ਨ ਲਗਾਉਣ ਦੀ ਵੀ ਹਦਾਇਤ ਕੀਤੀ ਹੈ ਵੀ ਜਿਹੜੇ ਬੰਦੇ ਪੋਲਿਊਸ਼ਨ ਕਰ ਰਹੇ ਹਨ ਔਰ ਉਹ ਐਕਸ਼ਨ ਪਲਾਨ ਦੇ ਵਿੱਚ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਆਪਣਾ ਕੰਮ ਨਹੀਂ ਪੂਰਾ ਕਰਦੇ ਹਨ, ਉਹਨਾਂ ਨੂੰ ਅਸੀਂ ਇਨਵਾਇਰਮੈਂਟਲ ਕੰਪਨਸੇਸ਼ਨਸ ਲਗਾ ਰਹੇ ਹਾਂ ਜੀ। ਔਰ ਪੋਲਿਊਟਰ ਪੇ ਪੋਲਿਸੀ ਹੈ, ਜਿਹੜਾ ਜਿੰਨਾ ਪੋਲਿਊਟ ਕਰ ਰਿਹਾ ਵਾਤਾਵਰਨ ਨੂੰ ਡੈਮੇਜ ਕਰ ਰਿਹਾ, ਅਸੀਂ ਉਨੇ ਉਹਦੇ 'ਤੇ ਇਨਵਾਇਰਮੈਂਟਲ ਕੰਪਨਸੇਸ਼ਨ ਲਗਾ ਰਹੇ। ਪਰ ਦਰਸ਼ਕੋ, ਸੱਚੀ ਗੱਲ ਤਾਂ ਇਹ ਹੈ, ਭਾਵੇਂ ਕੌੜੀ ਹੈ, ਕਿ ਸਾਨੂੰ ਹਕੀਕਤ ਵਿੱਚ ਬਹੁਤ ਕੁਝ ਨਜ਼ਰ ਨਹੀਂ ਆਉਂਦਾ। ਹਕੀਕਤ 'ਚ ਇਹ ਹੈ ਕਿ ਦੁਨੀਆ 'ਚ ਜਿਹੜੇ 15 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈਗੇ ਆ, ਉਹ 'ਚ 14 ਸਾਡੇ ਦੇਸ਼ 'ਚ ਹੈ। ਔਰ ਜਿਸ ਤਰ੍ਹਾਂ ਕਿ ਲੱਖੇਵਾਲੀ ਜੀ ਨੇ ਕਿਹਾ ਹੈਗਾ ਕਿ ਲੋਕਾਂ ਨੂੰ ਪ੍ਰਦੂਸ਼ਣ 'ਚ ਸਾਹ ਜਾਂ ਜ਼ਿੰਦਗੀ ਔਖੀ ਹੋ ਗਈ ਹੈ। ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂ, ਪਰ ਦਰਸ਼ਕ ਦੀ ਗੱਲ ਸੁਣਦੇ ਹਾਂ, ਕੀ ਕਹਿਣਾ ਚਾਹੁੰਦੇ ਨੇ? ਨਮਸਕਾਰ ਜੀ। ਹਾਂਜੀ, ਨਮਸਕਾਰ ਸਰ। ਮੈਂ ਮਾਨਯੋਗ ਮਹਿਮਾਨਾਂ ਨੂੰ ਪੁੱਛਣਾ ਚਾਹੁੰਦਾ ਜੀ, ਭਾਰਤ ਸਰਕਾਰ ਵੱਲੋਂ ਹਰੇਕ ਮੋਟਰ ਵਹੀਕਲ ਨੂੰ ਪੋਲਿਊਸ਼ਨ ਦਾ ਸਰਟੀਫਿਕੇਟ ਬੜਾ ਜ਼ਰੂਰੀ ਕਿਹਾ ਜਾਂਦਾ ਜੀ, ਜਿਹਦੀ ਵਜ੍ਹਾ ਨਾਲ ਬੜੇ ਹੈਵੀ ਚਲਾਨ ਕੱਟੇ ਜਾਂਦੇ ਨੇ, ਪਰ ਤਿੰਨੇ ਤੁਸੀਂ ਬੈਠੇ ਹੋ ਗਏ ਕਿਤੇ ਵੀ ਦੱਸਦੇ ਹੈਗਾ ਵੀ ਜਦੋਂ ਵੀ ਗੱਡੀ ਦਾ ਤੁਸੀਂ ਪੋਲਿਊਸ਼ਨ ਸਰਟੀਫਿਕੇਟ ਲੈਂਦੇ ਹੋ ਵੀ ਕੋਈ ਵੀ ਪੋਲਿਊਸ਼ਨ ਸਰਟੀਫਿਕੇਟ ਦੇਣ ਵਾਲਾ ਤੁਹਾਡੀ ਗੱਡੀ ਨੂੰ ਚੈੱਕ ਕਰਦਾ ਕਿ ਕਿੰਨਾ ਪੋਲਿਊਸ਼ਨ ਹੈ ਉਹਦੇ 'ਚ, ਜਿੱਦੀ ਫੋਟੋ ਖਿੱਚੀ ਤੇ ਪੈਸੇ ਲਏ ਤੇ ਤੁਹਾਨੂੰ ਪੋਲਿਊਸ਼ਨ ਦਾ ਸਰਟੀਫਿਕੇਟ 3 ਮਹੀਨੇ ਦਾ ਦੇ ਦਿੰਦਾ ਪਰਮਾਨੈਂਟ ਉਹਨਾਂ ਦੇ ਕੰਪਿਊਟਰ 'ਚ ਤੁਹਾਡੀ ਵਹੀਕਲ ਦੀ ਫੋਟੋ, ਨੈਕਸਟ ਟਾਈਮ ਤੁਸੀਂ ਜਾਂਦੇ ਹੋ ਤਾਂ ਆਪਦਾ ਗੱਡੀ ਦਾ ਨੰਬਰ ਦਿੰਦੇ ਹੋ ਤਾਂ ਪੋਲਿਊਸ਼ਨ ਦਾ ਸਰਟੀਫਿਕੇਟ ਦੇ ਦਿੰਦਾ। ਕਿਰਪਾ ਕਰਕੇ ਇਸ ਚੀਜ਼ ਦੀ ਬਾਬਤ ਜ਼ਰੂਰ ਕਰਨਾ ਚਾਹੀਦਾ ਹੈਗਾ ਵੀ ਜਿੰਨੇ ਵੀ ਮੋਟਰ ਵਹੀਕਲਸ ਆ ਉਹਨਾਂ ਦਾ ਪੋਲਿਊਸ਼ਨ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ, ਕਰਨਾ ਚਾਹੀਦਾ। ਪੋਲਿਊਸ਼ਨ ਚੈੱਕ ਤੇ ਚਲਾਨ ਵੀ ਹੁੰਦੇ ਕਿਉਂ? ਹਾਂਜੀ, ਮੈਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਆਪਣੇ ਦਰਸ਼ਕਾਂ ਨੂੰ ਵੀ ਜਿਹੜੇ ਪੋਲਿਊਸ਼ਨ ਦੇ ਚਲਾਨ ਦੀ ਗੱਲ ਕੀਤੀ ਹੈ ਵੀ ਯੂਸੀ ਸਰਟੀਫਿਕੇਟ ਜਿਹੜੇ ਹੁੰਦੇ ਨੇ ਪੋਲਿਊਸ਼ਨ ਅੰਡਰ ਕੰਟਰੋਲ ਦੇ, ਇਹਦੇ ਵਿੱਚ ਹੁਣ ਸਰਕਾਰ ਕੀ ਕਰਨ ਜਾ ਰਹੀ ਹੈ, ਇਹਨੂੰ ਨਾ ਔਨਲਾਈਨ ਜੋੜਨ ਜਾ ਰਹੀ ਹੈ, ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਸਰਵਰ ਦੇ ਨਾਲ ਔਨਲਾਈਨ ਜੁੜ ਜਾਏਗਾ। ਜਿਹੜੀ ਗੱਲ ਤੁਸੀਂ ਕਹੀ ਹੈ ਵੀ ਇੱਕ ਵਾਰ ਫੋਟੋ ਲਗਾ ਕੇ ਦੁਬਾਰਾ ਉਹੀ ਫੋਟੋ 'ਤੇ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ, ਉਹ ਬੰਦ ਹੋ ਰਿਹਾ ਬੜੀ ਜਲਦੀ, ਕਿਉਂਕਿ ਇਹ ਮੈਂ ਜਿਹੜੀ ਗੱਲ ਦੱਸੀ ਸੀ ਵੀ ਜਿਹੜੇ ਸਾਡੇ ਏਅਰ ਦੇ ਐਕਸ਼ਨ ਪਲਾਨ ਬਣੇ ਹਨ ਇਹ ਵੀ ਉਹਦਾ ਹੀ ਇੱਕ ਪਾਰਟ ਹੈ, ਅਸੀਂ ਉਹ ਚੀਜ਼ ਵੀ ਰੈਗੂਲਰਲੀ ਮੋਨੀਟਰ ਕਰ ਰਹੇ ਹਾਂ ਵੀ ਉਹ ਜਲਦੀ ਤੋਂ ਜਲਦੀ ਔਨਲਾਈਨ ਕੰਮ ਸ਼ੁਰੂ ਹੋ ਸਕੇ। ਇਹਦੇ 'ਚ ਨਾ ਜੀ ਮੈਂ ਇੱਕ ਐਡੀਸ਼ਨ ਕਰਨਾ ਚਾਹੁੰਦਾ, ਮੈਂ ਲਾਸਟ ਟਾਈਮ ਵੀ ਇੱਕ ਪ੍ਰੋਗਰਾਮ 'ਚ ਇਹ ਗੱਲ ਕਹੀ ਸੀ ਕਿ ਅਸੀਂ ਇਹ ਗੱਲ ਕਰਦੇ ਸਰਕਾਰ ਆ ਨਹੀਂ ਕਰਦੀ, ਹੈ ਨਾ, ਅਤੇ ਜਦੋਂ ਹੁਣ ਦੇਖੋ ਹਰ ਪੋਲਿਊਸ਼ਨ ਜਿਹੜਾ ਉਹ ਜਿੱਥੇ ਪ੍ਰਦੂਸ਼ਣ ਚੈੱਕ ਹੁੰਦਾ ਸੈਂਟਰ ਆ, ਉੱਥੇ ਹੁਣ ਪੁਲਿਸ ਨਹੀਂ ਖੜੀ ਕੀਤੀ ਜਾ ਸਕਦੀ, ਉੱਥੇ ਪੋਲਿਊਸ਼ਨ ਕੰਟਰੋਲ ਦਾ ਬੰਦਾ ਨਹੀਂ ਬੈਠ ਸਕਦਾ। ਬਿਲਕੁਲ ਠੀਕ, ਅਤੇ ਅਸੀਂ ਵੀ ਤਾਂ ਇਸ ਧਰਤੀ 'ਤੇ ਹੈ, ਸਾਨੂੰ ਸ਼ੁੱਧ ਸਵਾ ਚਾਹੀਦੀ ਹੈ। ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਬਿਨਾਂ ਉਹਨੂੰ ਚੈੱਕ ਕੀਤਾ ਦੇ ਰਿਹਾ ਤਾਂ ਤੁਸੀਂ ਉਹਨੂੰ ਟੋਕੋ ਜੀ, ਬਿਲਕੁਲ ਠੀਕ। ਜੇ ਦਿਨ ਦੇ ਵਿੱਚ ਉਹ 20 ਤੋਂ 30 ਔਨ ਐਂਡ ਐਵਰੇਜ ਮੰਨ ਲਓ ਕੋਈ ਸੈਂਟਰ 30 ਕਰਦਾ, ਅਤੇ 30 ਚੋਂ ਜੇ ਉਹਨੂੰ ਡੇਲੀ 10 ਬੰਦੇ ਟੋਕਣਗੇ, ਯਾਰ ਤੂੰ ਬਿਨਾਂ ਵਜ੍ਹਾ ਕਿਉਂ ਦੇ ਰਿਹਾ, ਮੈਂ ਤੇਰੀ ਸ਼ਿਕਾਇਤ ਕਰੂੰਗਾ, ਤਾਂ ਡੈਫੀਨੇਟਲੀ ਅਗਲਾ ਲਾਈਨ 'ਤੇ ਆਜੂਗਾ। ਬਿਲਕੁਲ, ਉਹ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਸਾਰਾ ਕੁਝ ਸਰਕਾਰਾਂ ਤੋਂ ਐਕਸਪੈਕਟ ਕਰਦੇ ਹਾਂ, ਸਾਨੂੰ ਆਪਣਾ ਰੋਲ ਵੀ ਕੋਈ ਥੋੜ੍ਹਾ ਜਿਹਾ ਨਿਭਾਉਣਾ ਚਾਹੀਦਾ ਨਾ। ਲੱਖੇਵਾਲੀ ਜੀ ਨੇ ਬਹੁਤ ਚੰਗੀ ਗੱਲ ਕਰੀ, ਅਸੀਂ ਆਪਣੇ ਅੰਦਰ ਹੀ ਝਾਤ ਮਾਰੀਏ ਕਿ ਅਸੀਂ ਕਿੰਨੇ ਦਰਖਤ ਲਗਾਏ ਹੈ, ਅਸੀਂ ਕਿੰਨੀਆਂ ਕੁਛ ਸ਼ਿਕਾਇਤਾਂ ਕੀਤੀਆਂ, ਅਸੀਂ ਹੀ ਨਦੀਆਂ 'ਚ ਫੁੱਲ ਸੁੱਟੇ ਨੇ, ਅਸੀਂ ਹੀ ਨਦੀਆਂ 'ਚ ਕਾਗਜ਼ ਸੁੱਟੇ ਨੇ, ਅਸੀਂ ਹੀ ਨਦੀਆਂ ਨੂੰ ਦੂਸ਼ਿਤ ਕੀਤਾ ਹੈ, ਭਾਰਤ 'ਚ ਜੋ ਵੀ ਪ੍ਰਦੂਸ਼ਣ ਹੈ ਕਿਤੋਂ ਵਿਦੇਸ਼ੀਆਂ ਨੇ ਆ ਕੇ ਨਹੀਂ ਪੈਦਾ ਕੀਤਾ, ਅਸੀਂ ਹੀ ਕੀਤਾ, ਅਸੀਂ ਹੀ ਉਸਨੂੰ ਠੀਕ ਕਰਨਾ ਹੈ। ਔਰ ਸਰਕਾਰ ਨੂੰ ਕਹਿਣ ਦੇ ਨਾਲ ਨਾਲ ਜੇ 130 ਕਰੋੜ ਲੋਕ ਵੀ ਆਪਣਾ ਯੋਗਦਾਨ ਪਾਉਣ ਤਾਂ ਬਹੁਤ ਚੰਗਾ ਠੀਕ ਹੋ ਸਕਦਾ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ। ਲੇਕਿਨ ਗੱਲ ਅਸੀਂ ਅੱਜ ਏਅਰ ਪੋਲਿਊਸ਼ਨ ਦੀ ਜ਼ਰੂਰ ਕਰਨੀ ਹੈ, ਕਿਉਂਕਿ ਉਹ ਬੜਾ ਭੱਖਦਾ ਮੁੱਦਾ ਹੈ ਕਿ 5 ਤੋਂ 7 ਦਿਨ ਤੱਕ ਅਸੀਂ ਬਿਨਾਂ ਖਾਏ ਤਾਂ ਰਹਿ ਸਕਦੇ ਹਾਂ, ਪਰ ਜੇ ਹਵਾ ਠੀਕ ਨਾ ਮਿਲੇ, ਸਾਹ ਠੀਕ ਨਾ ਮਿਲੇ, ਧੁੰਦ ਹੀ ਧੁੰਦ ਹੋਏ, ਸਮੋਗ ਹੋਵੇ, ਤਾਂ ਕਿੰਨੀ ਦੇਰ ਤੱਕ ਰਹਿ ਸਕਦੇ ਹਾਂ ਜੀ ਅਸੀਂ? ਲਿਖਿਓ
ਸਾਡੇ ਪਹਿਲੀ ਗੱਲ ਤਾਂ ਮੈਂ ਹਰੇਕ ਜਗ੍ਹਾ ਇੱਕ ਗੱਲ ਕਹਿਣਾ ਹੁੰਦਾ ਕਿ ਸਾਡੀ ਸਭ ਤੋਂ ਤ੍ਰਾਸ ਦੀ ਜਿਹੜੀ ਇਹ ਸਥਿਤੀ ਆਈ ਹੈ ਨਾ ਉਹਦੇ ਪਿੱਛੇ ਰੀਜ਼ਨ ਕੀ ਆ ਕਿ ਇਹ ਜਿਹੜੀ ਧਰਤੀ ਸ੍ਰਿਸ਼ਟੀ ਦੀ ਰਚਨਾ ਹੋਈ ਆ ਇਹ ਪਤਾ ਨਹੀਂ ਕਿੰਨੇ ਜੀਵ ਜੰਤੂਆਂ ਲਈ ਆ, ਜਿਵੇਂ ਬਾਣੀ 'ਚ ਵੀ ਆਉਂਦਾ ਹੈ ਨਾ 84 ਲੱਖ ਜੂਨਾਂ ਦੀ ਆਪਾਂ ਗੱਲ ਕਰਦੇ, ਉਹਦਾ ਮਾਲਕ ਬਣ ਕੇ ਬਹਿ ਗਿਆ ਮਨੁੱਖ ਕਿ ਮੈਂ ਹੀ ਹੈ, ਮੈਂ ਮੇਰਾ ਹੀ ਇਹਦੇ 'ਤੇ ਹੱਕ ਆ, ਪਾਣੀ 'ਤੇ ਵੀ, ਹਵਾ 'ਤੇ ਵੀ, ਜੋ ਵੀ ਉਹਦੀਆਂ ਲੋੜਾਂ ਸੀਗੀਆਂ। ਉਹ ਜਦੋਂ ਉਹ ਮਤਲਬ ਲੋੜ ਤੋਂ ਜ਼ਿਆਦਾ ਹੱਕ ਜਿਤਾਉਣ ਲੱਗ ਗਿਆ ਤਾਂ ਉਹਨੇ ਫਿਰ ਉਸ ਦਾ ਨਤੀਜਾ ਇਹ ਆ ਕਿ ਸਾਡੇ ਸਾਹਮਣੇ ਹੈ ਕਿ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਅਸੀਂ ਦਵਾਈਆਂ 'ਤੇ ਲੱਗੇ ਹਾਂ, ਰਾਈਟ। ਤਾਂ ਉਹਦੇ ਨਾਲ ਹੁਣ ਜਿਹੜੀ ਹਵਾ ਦੀ ਤੁਸੀਂ ਗੱਲ ਕੀਤੀ ਸੀ ਵੀ ਜੀਣਾ ਕਿੰਨਾ ਕੁ ਸੌਖਾ ਜਾਂ ਕੀ ਆ ਭਵਿੱਖ ਕੀ ਹੈ, ਹੈ ਨਾ, ਜਦੋਂ ਸਾਨੂੰ ਹਰੇਕ ਨੂੰ ਜੋ ਵੀ ਜਿਉਂਦੀ ਜਾਗਦੀ ਚੀਜ਼ ਆ ਸਾਹ ਲੈਣ ਲਈ ਜਿਹੜੀ ਸ਼ੁੱਧ ਹਵਾ ਚਾਹੀਦੀ ਆ। ਅਤੇ ਹੁਣ ਮੈਂ ਅੱਜ ਹੀ ਅਖਬਾਰ ਸੁਬਾਹ ਪੜ੍ਹ ਰਿਹਾ ਸੀ ਕਿ ਦਿੱਲੀ ਦੇ ਵਿੱਚ ਏਅਰ ਜਿਹੜਾ ਹੈਗਾ ਉਹ ਏਅਰ ਕੁਆਲਿਟੀ ਇੰਡੈਕਸ 600 ਦੇ ਕਰੀਬ ਪਹੁੰਚ। ਦੇਖੋ ਤੁਸੀਂ ਸਾਡੀ ਟੀਵੀ ਦੀ ਸਕਰੀਨ ਦੇਖ ਸਕਦੇ ਹੋ, ਉਸ 'ਚ ਕੁਛ ਸਾਫ਼ ਨਜ਼ਰ ਨਹੀਂ ਆ ਰਿਹਾ। ਇਹ ਸੱਚਾਈ ਹੈ, ਹਕੀਕਤ ਹੈ ਜਿਹੜੀ ਕਿ ਅਸੀਂ ਲੋਕ ਫੇਸ ਕਰਦੇ ਹਾਂ। ਦਿੱਲੀ ਤਾਂ ਇੱਕ ਸ਼ਹਿਰ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਹਿਰ ਨੇ ਭਾਰਤ ਵਿੱਚ ਜਿਹੜੀਆਂ ਦੇ ਕੋਲ ਕੈਮਰੇ ਨਹੀਂ ਪੈਂਦੇ, ਲੇਕਿਨ ਇਸ ਤਰ੍ਹਾਂ ਹੀ ਪੋਲਿਊਸ਼ਨ ਉੱਥੇ ਹੁੰਦਾ ਹੈ। ਦਿੱਲੀ ਨੂੰ ਛੱਡੋ ਜੀ, ਆਪਾਂ ਜਿਹੜੇ ਸ਼ਹਿਰ 'ਚ ਤੁਸੀਂ ਲੁਧਿਆਣੇ ਤੋਂ ਆਏ ਹੋ, ਲੁਧਿਆਣੇ ਦੀ ਕੀ ਸਥਿਤੀ ਹੈ? ਜਲੰਧਰ ਬੈਠੇ, ਜਲੰਧਰ ਦੀ ਗੱਲ ਕਰ ਲਓ, ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ ਕਿਹੜਾ ਬੜਾ ਸੁਹਾਵਣਾ, ਮਤਲਬ ਉਹ ਵੀ ਮਤਲਬ ਲਾਲ ਲਾਈਨ 'ਚ ਆਇਆ ਹੋਇਆ ਜੀ ਜੀ। ਉਹਦੇ ਪਿੱਛੇ ਅਸਲ 'ਚ ਪ੍ਰੋਬਲਮ ਕੀ ਹੈ ਕਿ ਅਸੀਂ ਸੋਲਿਊਸ਼ਨ ਦੀ ਗੱਲ ਨਹੀਂ ਕਰਦੇ, ਅਸੀਂ ਦੂਸ਼ਣਬਾਜ਼ੀ 'ਤੇ ਲੱਗੇ ਹੋਏ ਹਾਂ। ਬਿਲਕੁਲ ਠੀਕ। ਕਿਸਾਨ ਕਹਿੰਦਾ ਕਿ ਇੰਡਸਟਰੀ ਵਾਲੇ ਕਰਦੇ, ਇੰਡਸਟਰੀ ਕਹਿੰਦੀ ਕਿਸਾਨ ਕਰਦਾ, ਕੋਈ ਕਹਿੰਦਾ ਆਟੋਮੋਬਾਈਲ ਕਰਦਾ, ਪਰ ਓਵਰਆਲ ਤਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਗੱਲ ਤਾਂ ਗੰਦ ਤਾਂ ਅਸੀਂ ਸਾਰੀ ਪਾ ਰਹੇ ਹਾਂ, ਮਨੁੱਖ ਹੀ ਕਰ ਰਿਹਾ। ਅਸੀਂ ਸ਼ੁਰੂ ਤੋਂ ਹੀ ਕਿਹਾ ਸੀ ਅਸੀਂ ਵਿਕਾਸ ਕਰਦੇ ਕਿਤੇ ਕੁਦਰਤ ਨਾਲ ਖਿਲਵਾੜ ਕੀਤਾ ਹੈ, ਕੁਦਰਤ ਦੇ ਜੀਵਨ ਨਾਲ ਖਿਲਵਾੜ ਕੀਤਾ ਹੈ। ਹਰਬੀਰ ਸਿੰਘ ਜੀ, ਜਿੱਦਾਂ ਇਹਨਾਂ ਨੇ ਕਿਹਾ ਕਿ ਬਲੇਮ ਗੇਮ ਚੱਲ ਪਈ ਹੈ, ਉਹ ਕਹਿੰਦਾ ਉਹ ਜ਼ਿੰਮੇਵਾਰ ਹੈ, ਪਰਾਲੀ ਜ਼ਿੰਮੇਵਾਰ ਹੈ, ਖੇਤੀ ਜ਼ਿੰਮੇਵਾਰ ਹੈ, ਇੰਡਸਟਰੀ ਜ਼ਿੰਮੇਵਾਰ ਹੈ, ਵਹੀਕਲ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਜ਼ਿੰਮੇਵਾਰ ਹੈ। ਲੇਕਿਨ ਦਰਸ਼ਕ ਦੀ ਗੱਲ ਅਸੀਂ ਪਹਿਲੇ ਸੁਣ ਲੈਂਦੇ ਹਾਂ, ਦਸਤਕ ਮਿਲ ਗਈ ਹੈ, ਅਸੀਂ ਉਹਨਾਂ ਦੀ ਸਵਾਗਤ ਕਰ ਰਹੇ ਹਾਂ। ਹੈਲੋ, ਹਾਂਜੀ ਜੀ ਜੀ ਸੁਰਿੰਦਰ ਸਿੰਘ, ਪਰਾਲੀ ਨਾਲ ਪ੍ਰਦੂਸ਼ਣ ਹੈ ਜੀ, ਪਰ ਜਿਸ ਇਹ ਸਹੂਲਤਾਂ ਦੇਈ ਜਾਂਦੀ ਹੈ ਸਰਕਾਰ ਆ, ਉਹ ਤੇ ਜੇ ਪਰਾਲੀ ਨੂੰ ਨਸ਼ਟ ਕਰਨ ਦਾ ਤਰੀਕਾ ਹੋਣਾ ਚਾਹੀਦਾ ਜੀ, ਇਹ ਇੱਕ ਪਰਾਲੀ ਨਾਲ ਪ੍ਰਦੂਸ਼ਣ ਆ। ਦੂਜਾ ਇਹ ਆ ਜੀ, ਜਿਹੜਾ ਸਾਡੀ ਦੀਵਾਲੀ ਲੰਘੀ ਆ ਉਦੋਂ ਇੰਨੀ ਆਤਿਸ਼ਬਾਜ਼ੀ ਤੇ ਇੰਨੀ ਘਰਾਂ ਚ ਲਿਆ ਜੀ, ਸਾਰੇ ਦੋਸ਼ੀ ਨੇ ਤੁਸੀਂ, ਕਿਉਂਕਿ ਤੁਹਾਡਾ ਡਿਪਾਰਟਮੈਂਟ ਵੀ ਉਹੀ ਹੈ। ਮੈਂ ਦੱਸਦਾ ਜੀ, ਇਹਦੇ ਵਿੱਚ ਤੁਸੀਂ ਜੇ ਆਪਣੇ ਥੋੜ੍ਹਾ ਜਿਹਾ ਪਿਛਲੇ ਸਾਲਾਂ 'ਤੇ ਧਿਆਨ ਮਾਰੋ, ਝਾਤ ਮਾਰੋਗੇ, ਜਿਹੜੇ ਭੱਠੇ ਸੀਗੇ ਉਹ ਅਕਤੂਬਰ ਦੇ ਮਹੀਨੇ 'ਚ ਵੀ ਬਾਰਿਸ਼ ਸਰਦੀਆਂ ਬਾਰਿਸ਼ਾਂ ਤੋਂ ਬਾਅਦ ਚੱਲਦੇ ਹੁੰਦੇ ਸੀਗੇ। ਸਾਡੇ ਜਿਹੜੇ ਆਨਰੇਬਲ ਸੈਕਟਰੀ ਸਾਹਿਬ ਨੇ ਐਗਰੀਕਲਚਰ, ਕਾਹਨ ਸਿੰਘ ਪੰਨੂ ਜੀ, ਉਹ ਜਦੋਂ ਸਾਡੇ ਚੇਅਰਮੈਨ ਰਹੇ ਪੋਲਿਊਸ਼ਨ ਕੰਟਰੋਲ ਬੋਰਡ ਦੇ, ਉਹਨਾਂ ਨੇ ਇਸ ਚੀਜ਼ ਦੀ ਇਜਾਦ ਕੀਤੀ ਵੀ ਹੁਣ ਇਸ ਜਿਹੜੇ ਸਰਦੀਆਂ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਨੇ ਕਈ ਸਾਡੇ ਜਿਹੜੇ ਦਰਸ਼ਕ ਨੇ ਵੀ ਦੀਵਾਲੀ ਦੇ ਪਟਾਕੇ ਚੱਲਦੇ ਨੇ ਇਹ ਸਰਦੀਆਂ 'ਚ ਹੈ, ਇਹ ਭੱਠਿਆਂ ਦਾ ਅਸੀਂ ਫਸਟ ਟਾਈਮ ਹੈ ਕਿ ਪੂਰੇ ਸਰਦੀਆਂ 'ਚ ਇਹਨਾਂ ਦਾ ਓਪਰੇਸ਼ਨ ਬੈਨ ਕੀਤਾ ਪੰਜਾਬ 'ਚ। ਹੁਣ ਜਦੋਂ ਵੀ ਭੱਠੇ ਚੱਲਣਗੇ, ਇਹ ਸਰਦੀਆਂ 'ਚ ਨਹੀਂ ਚੱਲਣਗੇ, ਆਉਣ ਵਾਲੀ ਗਰਮੀਆਂ 'ਚ ਫੈਬਰਰੀ ਤੋਂ ਆਨਵਰਡ ਚੱਲਣਗੇ। ਅਤੇ ਇਹ ਦੇਖੋ, ਅਸੀਂ ਸਰਕਾਰ ਦੇ ਧਿਆਨ 'ਚ ਹੈ, ਅਸੀਂ ਇਹ ਕਰ ਰਹੇ ਹਾਂ ਕੋਸ਼ਿਸ਼, ਔਰ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਹਾਂ ਵੀ ਜਿਹੜੇ ਪ੍ਰਦੂਸ਼ਣ ਨੇ ਉਹ ਇਕੱਲੇ ਇੱਕ ਮਹਿਕਮੇ ਇੰਡਸਟਰੀ ਤੋਂ ਨਹੀਂ, ਪਰਾਲੀ ਤੋਂ ਨਹੀਂ, ਸਾਰੇ ਉਹਦੇ 'ਚ 10 ਤੋਂ 12 ਸਟੇਕ ਹੋਲਡਰ ਡਿਪਾਰਟਮੈਂਟਸ ਨੇ, ਉਦਯੋਗਾਂ ਦੇ ਤੋਂ ਸਾਰਿਆਂ ਨੂੰ ਅਸੀਂ ਮਿਲਾ ਕੇ ਉਦਯੋਗ ਦਾ ਅਸੀਂ ਆਪ ਦੇਖ ਰਹੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਆਟੋਮੋਬਾਈਲਸ ਦੇ ਵਿੱਚ ਕੀ ਹੈ ਜੀ, ਅਸੀਂ CNG ਦੀ ਪਾਈਪਲਾਈਨ ਨੂੰ ਇੱਥੇ ਲਿਆ ਰਹੇ ਹਾਂ, ਜਲੰਧਰ 'ਚ ਆ ਗਈ ਹੈ ਪਾਈਪਲਾਈਨ, ਇੱਥੇ ਉਹਨਾਂ ਦਾ ਇੱਕ ਆਊਟਲੈਟ ਵੀ ਫਿਕਸ ਹੋ ਗਿਆ ਪਠਾਨਕੋਟ ਰੋਡ 'ਤੇ, ਬੜੀ ਜਲਦੀ ਆਉਣ ਵਾਲੇ ਟਾਈਮ 'ਚ ਤੁਹਾਨੂੰ CNG ਦੇ ਆਟੋ ਮਿਲਣਗੇ, CNG ਦੀ ਬੱਸਾਂ ਮਿਲਣਗੀਆਂ, ਔਰ CNG ਦੀ ਪਾਈਪਲਾਈਨਸ ਅਸੀਂ ਇੰਡਸਟਰੀ ਤੱਕ ਵੀ ਲੈ ਕੇ ਜਾ ਰਹੇ ਹਾਂ। ਵੀ ਜਿਹੜਾ ਫੋਸਿਲ ਫਿਊਲ ਹੈ, ਜਿਹੜਾ ਕਿ ਫਰਨੈਸ ਆਇਲ ਜਾਂ ਕੋਲਾ ਜਿਹਨੂੰ ਅਸੀਂ ਜ਼ਮੀਨ 'ਚੋਂ ਕੱਢਦੇ ਹਾਂ ਔਰ ਉਹਨੂੰ ਬਾਲਦੇ ਹਾਂ, ਜਿਹਦੇ 'ਚ ਪਾਰਟੀਕੂਲਰ ਮੈਟਰ ਨਿਕਲਦਾ ਹੈ, ਪਲੱਸ SO2 ਐਮੀਸ਼ਨਸ ਨੇ, ਨੌਕਸ ਐਮੀਸ਼ਨਸ ਨੇ, ਜਿਹੜੇ ਵਾਤਾਵਰਨ ਨੂੰ ਪੋਲਿਊਟ ਕਰ ਰਹੇ ਨੇ, ਉਹ ਰੁਕਣਗੇ ਅੱਗੇ ਆਉਣ ਵਾਲੇ ਟਾਈਮ 'ਚ। ਤੁਸੀਂ ਦੇਖੋਗੇ ਮਸਲਾ ਆਦਰਸ਼ ਕੋ ਬਹੁਤ ਬੜਾ ਹੈ, ਲੱਖੇ ਵਾਲੀ ਜੀ ਉਸ 'ਤੇ ਰੋਸ਼ਨੀ ਪਾਉਣਗੇ ਵੀ ਇਹਦੇ ਅਸਰ ਕੀ ਹੋ ਰਹੇ ਹੈ, ਲੌਂਗ ਟਰਮ, ਸ਼ੋਰਟ ਟਰਮ, ਆਉਣ ਵਾਲਾ ਜੀਵਨ ਕਿਹੋ ਜਿਹਾ ਸਾਡਾ ਹੋ ਸਕਦਾ? ਦੇਖੋ ਜੀ, ਜਿਹੜਾ ਤਾਂ ਅਸਰ ਤਾਂ ਬਿਲਕੁਲ ਹੁਣ ਸਾਡੇ ਸਾਹਮਣੇ ਹੈ ਕਿ ਦੇਖੋ ਅੱਗੇ ਕਿਸੇ ਸਮੇਂ
ਕੋਈ ਅਸਥਮਾ ਦਾ ਮਰੀਜ਼ ਇੱਦਾਂ ਹੁੰਦਾ ਸੀ ਵੀ ਬੜੀ ਐਂ ਹੁੰਦਾ ਯਾਰ ਉਹ ਫਲਾਣੇ ਪਿੰਡ ਦੇ ਵਿੱਚ ਕਿਸੇ ਇੱਕ ਬਜ਼ੁਰਗ ਨੂੰ ਅਸਥਮਾ ਹੁੰਦਾ ਸੀ ਅਤੇ ਹੁਣ ਅਸਥਮਾ ਜਿਹੜਾ ਹੈਗਾ ਛੋਟੇ ਬੱਚਿਆਂ ਤੱਕ ਪਹੁੰਚ ਗਿਆ ਰਾਈਟ। ਹੁਣ ਇਨਹੇਲਰ ਦੀ ਵਰਤੋਂ ਅੱਜ ਤੋਂ 15 ਸਾਲ ਪਹਿਲਾਂ ਵੀ ਇੱਦਾਂ ਹੁੰਦਾ ਵੀ ਜਿਹੜਾ ਬੱਚਾ ਜਾਂ ਬਜ਼ੁਰਗ ਕੋਈ ਇਨਹੇਲਰ ਯੂਜ਼ ਕਰਦਾ ਤਾਂ ਉਹ ਮਤਲਬ ਇੱਦਾਂ ਸਮਝਦੇ ਤਾਂ ਬਹੁਤ ਵੱਡੀ ਬਿਮਾਰੀ ਹੈ। ਹੁਣ ਤੁਸੀਂ ਕਿਸੇ ਮੈਡੀਕਲ ਸ਼ੋਪ 'ਤੇ ਚਲੇ ਜਾਓ ਉਹਦੇ ਸਾਹਮਣੇ ਜਿਹੜੇ ਖਾਨੇ ਹੈਗੇ ਆ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਤੁਹਾਨੂੰ ਖਾਨੇ ਉਹ ਮਿਲਣੇ ਜਿਹਨਾਂ 'ਚ ਇਨਹੇਲਰ ਡਿਫਰੈਂਟ ਕਾਇੰਡ ਆਫ ਇਨਹੇਲਰ ਪਏ ਆ ਤਾਂ ਉਹ ਸਾਡਾ ਬਚਪਨ ਤੋਂ ਲੈ ਕੇ ਜਿਹੜਾ ਬੁਢਾਪਾ ਹੈ ਉਹ ਸਾਰਾ ਬਿਮਾਰੀਆਂ 'ਚ ਘਿਰ ਗਿਆ। ਸਾਡੀਆਂ ਜਿਹੜੀਆਂ ਹੋਰ ਜਿਹੜੀਆਂ ਡਾਇਰੈਕਟ ਜਿਹੜੀਆਂ ਬਿਮਾਰੀਆਂ ਨਹੀਂ ਸਾਨੂੰ ਨਹੀਂ ਲੱਗਦੀਆਂ ਕਿ ਵਾਤਾਵਰਨ ਕਰਕੇ ਆ ਵਿਗਾੜ ਕਰਕੇ ਆ ਬੇਸਿਕਲੀ ਇਕੱਲੀ ਏਅਰ ਪੋਲਿਊਸ਼ਨ ਦੀ ਗੱਲ ਹੀ ਏਅਰ ਹੈ ਅਰਥ ਹੈ ਵਾਟਰ ਹੈ ਇਹ ਸਾਰੇ ਜੁੜੇ ਹੋਏ ਨੇ ਜੁੜੇ ਹੋਏ ਇੱਕ ਦੂਸਰੇ ਉਹ ਜੁੜ ਕੇ ਜਦੋਂ ਹੁਣ ਜਦੋਂ ਸਾਨੂੰ ਜੋ ਦੇਖੋ ਸਾਡੀਆਂ ਮਨੁੱਖ ਦੀਆਂ ਜਾਂ ਕੋਈ ਵੀ ਜੀਵ ਜੰਤੂ ਉਹਦੀਆਂ ਮੁੱਢਲੀਆਂ ਲੋੜਾਂ ਤਾਂ ਸਾਡੀਆਂ ਤਿੰਨ ਹੀ ਨੇ ਨਾ ਸਾਨੂੰ ਹਵਾ ਚਾਹੀਦੀ ਹੈ ਸਾਨੂੰ ਪਾਣੀ ਚਾਹੀਦਾ ਸਾਨੂੰ ਭੋਜਨ ਚਾਹੀਦਾ। ਮੱਛੀ ਨੂੰ ਜੇ ਅਸੀਂ ਪਾਣੀ 'ਚੋਂ ਕੱਢ ਦਈਏ ਕਿੰਨੀ ਕੁ ਦੇਰ ਤੱਕ ਜੀਵਿਤ ਰਹਿ ਸਕਦੀ ਹੈ। ਇਸ ਤਰ੍ਹਾਂ ਇਨਸਾਨ ਨੂੰ ਜੇ ਸਾਹ ਨਾ ਆਏ ਜਾਂ ਪੂਰੀ ਆਕਸੀਜਨ ਨਾ ਮਿਲੇ ਤਾਂ ਉਸਦਾ ਅਸਰ ਕੀ ਹੋਏਗਾ ਤੁਸੀਂ ਸੋਚ ਸਕਦੇ ਹੋ। ਅਸੀਂ ਸਾਰਿਆਂ ਨੇ ਸੋਚਣਾ ਸੋਚਣਾ ਹੀ ਨਹੀਂ ਕੁਛ ਕਰਨਾ ਹੈ ਕਿਉਂਕਿ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਸੀਸਾ ਨਾਈਟ੍ਰੋਜਨ ਆਕਸਾਈਡ ਔਰ ਸਲਫਰ ਡਾਈਆਕਸਾਈਡ ਇਹ ਸਾਰਾ ਕੁਛ ਪੈਦਾ ਹੋ ਰਿਹਾ ਹੈ ਔਰ ਜਿਹੜੀ ਸਾਫ਼ ਹਵਾ ਸਾਫ਼ ਪਾਣੀ ਔਰ ਸਾਫ਼ ਸਾਨੂੰ ਧਰਤ ਚਾਹੀਦੀ ਹੈ ਉਸ ਨਾਲ ਖਿਲਵਾੜ ਹੋ ਰਿਹਾ। ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜਾ ਕੁਛ ਹੈ ਇਸ ਨੂੰ ਠੀਕ ਕਰਨ ਵਾਸਤੇ ਸਰਕਾਰ ਕੀ ਕਰ ਰਹੀ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਥੋੜ੍ਹਾ ਉਸ 'ਤੇ ਰੋਸ਼ਨੀ ਪਾਓ। ਮੈਂ ਪਹਿਲਾਂ ਤੁਹਾਡਾ ਜਵਾਬ ਦੇ ਦਿਆਂ ਵੀ ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਉਹਨੂੰ ਅਸੀਂ AQI ਕਹਿੰਦੇ ਹਾਂ ਜੀ ਜਿਹੜਾ ਏਅਰ ਕੁਆਲਿਟੀ ਇੰਡੈਕਸ ਹੁੰਦਾ ਜੀ ਉਹਦੇ ਵਿੱਚ ਇੱਕ ਤਾਂ ਪਾਰਟੀਕੂਲਰਟ ਮੈਟਰ ਵੀ ਹਵਾ ਦੇ ਵਿੱਚ ਕਣ ਕਿੰਨੇ ਹਨ ਪਲੱਸ ਦੂਜਾ ਹੁੰਦਾ ਵੀ ਉਹਦੇ 'ਚ SO2 ਕਿੰਨੀ ਹੈ ਉਹਦੇ 'ਚ ਨੌਕਸ ਕਿੰਨੀ ਹੈ। ਮੈਂ ਤੁਹਾਡੀ ਨੌਲੇਜ 'ਚ ਲਿਆ ਦਿਆਂ ਵੀ ਜਿਹੜੀ SO2 ਔਰ ਨੌਕਸ ਹੈ ਉਹ ਜਲੰਧਰ ਸ਼ਹਿਰ 'ਚ ਵਿੱਚ ਬਿਲਕੁਲ ਅੰਡਰ ਕੰਟਰੋਲ ਹੈ ਕਿਉਂਕਿ ਸਾਡੇ ਇੱਥੇ ਤੁਸੀਂ ਆਪਣਾ ਸਰਕਟ ਹਾਊਸ ਜਾਓ ਉਹਦੇ ਵਿੱਚ ਸਾਡਾ ਇੱਕ ਉਹਨੂੰ ਅਸੀਂ ਕੰਟੀਨਿਊਸ ਐਂਬੀਅੰਟ ਏਅਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਕਹਿੰਦੇ ਹਾਂ ਜਿਹੜਾ ਕਿ 2.5 ਕਰੋੜ ਦਾ ਪੋਲਿਊਸ਼ਨ ਕੰਟਰੋਲ ਬੋਰਡ ਨੇ ਖਰੀਦ ਕੇ ਉੱਥੇ ਲਗਾਇਆ ਹੋਇਆ 24 ਘੰਟੇ ਉਹ ਤੁਸੀਂ ਰੀਡਿੰਗਸ ਦੇਖ ਸਕਦੇ ਹੋ ਔਰ ਉਸੇ ਤੋਂ ਅਸੀਂ AQI ਕੈਲਕੂਲੇਟ ਕਰਦੇ ਹਾਂ ਉਹ ਜਿਹੜਾ ਹੈ SO2 ਔਰ ਨੌਕਸ ਮਿਲਕੁਲ ਵਿਦਿਨ ਨੇ ਸਾਨੂੰ ਪਾਰਟੀਕੂਲਰ ਲੁਧਿਆਣੇ ਦੀ ਕੀ ਪੋਜੀਸ਼ਨ ਹੈ। ਹਾਂ ਉਹਦੇ ਵਿੱਚ ਵੀ SO2 ਨੌਕਸ ਸਾਡੇ ਵਿਦਿਨ ਨੋਮਸ ਨੇ ਸਿਰਫ ਜਿਹੜੀ ਪ੍ਰੋਬਲਮ ਆ ਰਹੀ ਹੈ AQI ਦੇ ਵਿੱਚ ਉਹ ਪਾਰਟੀਕੂਲਰਟ ਮੈਟਰ ਦੀ ਆ ਰਹੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ ਸਰਦੀਆਂ ਦਾ ਟਾਈਮ ਹੈ ਦਿਵਾਲੀ ਹੋ ਕੇ ਹਟੀ ਹੈ ਕੁਛ ਪਰਾਲੀ ਨੂੰ ਵੀ ਅੱਗ ਲੱਗੀ ਹੈ ਇਹ ਜਿੱਦਾਂ ਇਨਵਰਸ਼ਨ ਹੋ ਗਿਆ ਇਨਵਾਇਰਮੈਂਟ ਦੇ ਵਿੱਚ ਹੁਣ ਦਿੱਲੀ ਦੀ ਪੋਲਿਊਸ਼ਨ ਹੈ ਉਹ ਕਹਿੰਦੇ ਵੀ ਪੰਜਾਬ ਤੋਂ ਪੋਲਿਊਸ਼ਨ ਚਲੇਗੀ ਇਹ ਪੋਸੀਬਲ ਨਹੀਂ ਹੈ ਕਿਉਂਕਿ ਦਿੱਲੀ ਇਟਸੈਲਫ ਇਜ਼ ਅ ਗੈਸ ਚੈਂਬਰ ਜੀ। ਤੁਸੀਂ ਕਦੇ ਗਰਮੀਆਂ ਦੇ ਵਿੱਚ ਵੀ ਜਿਹੜਾ ਉੱਥੇ ਏਅਰਪੋਰਟ ਹੈ ਉਸ ਏਅਰਪੋਰਟ ਤੋਂ ਫਲਾਈਟ ਲਓ ਮੈਂ ਕਹਿੰਦਾ ਜਦੋਂ ਏਅਰਪੋਰਟ ਤੋਂ ਤੁਸੀਂ ਕ੍ਰੋਸ ਕਰੋਗੇ ਉੱਪਰ ਤਾਂ ਤੁਸੀਂ ਨੀਚੇ ਦੇਖੋ ਤੁਹਾਨੂੰ ਗੈਸ ਦਾ ਇੱਕ ਗੋਲਾ ਬਣਿਆ ਦਿਖੇਗਾ। ਸੁਪਰੀਮ ਕੋਰਟ ਨੇ ਖੁਦ ਪੰਜਾਬ ਹਰਿਆਣਾ ਅਤੇ UP ਦੇ ਚੀਫ ਸੈਕਰਟਰੀਜ਼ ਨੂੰ ਫਿਰ ਦੁਬਾਰਾ 25 ਤਰੀਕ ਨੂੰ ਬੁਲਾਇਆ। ਸੁਪਰੀਮ ਕੋਰਟ ਵੀ ਇਸ ਬਾਰੇ ਚਿੰਤਿਤ ਹੈ ਉਹ ਪੰਜਾਬ ਹਰਿਆਣਾ UP ਦੇ ਸਿਸਟਮ ਨੂੰ ਜ਼ਿੰਮੇਵਾਰ ਠਹਿਰਾ ਹੀ ਰਿਹਾ ਨਾ ਕਿਸੇ ਤਰ੍ਹਾਂ ਨਾਲ ਤਾਂ ਹੀ ਉਹਨਾਂ ਨੂੰ ਦੁਬਾਰਾ ਮੀਟਿੰਗ ਨਹੀਂ ਬੁਲਾਇਆ। ਹਾਂਜੀ ਉਹ ਮੈਂ ਤੁਹਾਨੂੰ ਦੱਸ ਦੇਣਾ ਉਹ ਰੈਗੂਲਰ ਜਾ ਰਹੇ ਨੇ ਜੀ ਉੱਥੇ ਜਿਹੜੀ ਕੇਸ ਹੈਗਾ ਸੁਪਰੀਮ ਕੋਰਟ 'ਚ ਕੰਸਿਡਰ ਹੋ ਰਿਹਾ ਜੀ। ਸਾਡੇ ਮਾਨਯੋਗ ਚੀਫ ਸੈਕਟਰੀ ਸਾਹਿਬ ਰੈਗੂਲਰ ਜਾ ਰਹੇ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸਾਹਿਬ ਸੈਕਰਟਰੀ ਸਾਹਿਬ ਸਾਰੇ ਜਾ ਰਹੇ ਹਨ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਏਅਰ ਐਕਸ਼ਨ ਪਲਾਨ ਏਅਰ ਕੰਟਰੋਲ ਦੇ ਆਲਰੇਡੀ ਬਣੇ ਹਨ ਜੀ ਉਹਨਾਂ ਦੀ ਇੰਪਲੀਮੈਂਟੇਸ਼ਨ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਸ਼ਵਾਸਨ ਦਿੰਦੇ ਹਾਂ ਵੀ ਸਾਫ਼ ਹਵਾ ਦੇਵਾਂਗੇ ਔਰ ਸਾਫ਼ ਹਵਾ ਤੁਹਾਨੂੰ ਜ਼ਰੂਰ ਮਿਲੇਗੀ। ਜੀ ਹਰਵੀਰ ਜੀ ਫਿਰ ਵੀ ਦਰਸ਼ਕ ਕੋਈ ਸਵਾਲ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇਹੀ ਬੇਨਤੀ ਹੈ ਜੀ ਜੀ ਬਈ ਜਿਹੜਾ ਜਿੰਨੀ ਪਰਾਲੀ ਦੀ ਔਸਤ ਕੱਢ ਲਓ ਤੁਹਾਨੂੰ ਧੂੰਆਂ ਕਿੰਨਾ ਹੁੰਦਾ ਠੀਕ ਹੈ ਨਾ ਹਾਂਜੀ ਦੂਜਾ ਭੱਠਿਆਂ ਦਾ ਕੱਢ ਲਓ ਸਾਰੀ ਚੀਜ਼ ਦਾ ਕੱਢੋ ਮੈਂ ਹਾਂਜੀ ਠੀਕ ਹੈ ਨਾ ਜੀ ਸੁਣ ਰਹੇ ਤੁਸੀਂ ਆਪਣੇ ਟੀਮ ਦੇ ਦਿਓ ਮੈਨੂੰ 3-4 ਸਾਲ ਹੋ ਗਏ ਮੈਂ ਨਹੀਂ ਅਗਲਾ ਪੈਰੀ ਫਸਲ ਵਧੀਆ ਹੁੰਦੀ ਆ ਤੁਸੀਂ ਆਪਣੇ ਟੀਵੀ ਦੀ ਆਵਾਜ਼ ਹੌਲੀ ਕਰ ਦਿਓ ਪਰ ਗੱਲ ਇੰਨੀ ਆ ਨਾ ਵੀ ਜਿੰਨੀ ਜਿੰਨੀ ਚੀਜ਼ ਆ ਜੇ ਜ਼ਿਮੀਦਾਰ ਦਾ ਜਿੰਨਾ ਕਸੂਰ ਆ ਉਹਨੂੰ 19 ਸਜ਼ਾ ਦਿਓ ਦੂਜਿਆਂ ਨੂੰ ਸਾਰਿਆਂ ਨੂੰ ਦਿਓ ਵੀ ਕਿੰਨਾ ਕਿੰਨਾ ਬਣਦਾ ਤੂੰ ਪਰਾਲੀ ਪਰਾਲੀ ਦਾ ਜੀ ਜੀ ਗੱਲ ਉਹ ਆ ਗਈ ਸਜ਼ਾ ਦੀ ਡੈਟਰੈਂਟ ਕੋਈ ਡਰ ਹੋਣਾ ਚਾਹੀਦਾ ਹੈ ਕੋਈ ਸਜ਼ਾ ਹੋਣਾ ਚਾਹੀਦੀ ਹੈ ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਜਿਹੜਾ ਕਿ ਪ੍ਰਦੂਸ਼ਣ ਫੈਲਾਉਂਦੇ ਨੇ ਉਸ ਬਾਰੇ ਸਰਕਾਰ ਕੁਛ ਸੋਚਦੀ ਹੈ। ਹਾਂਜੀ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੱਕ ਸਾਡੀ ਸੁਪਰੀਮ ਕੋਰਟ ਹੈ ਜਿਹਦੇ 'ਚ ਸਿਰਫ ਪੋਲਿਊਸ਼ਨ ਦੇ ਕੇਸਿਸ ਲੱਗਦੇ ਹਨ ਉਹਨਾਂ ਨੇ ਸਾਨੂੰ ਇਹ ਹਦਾਇਤ ਕਰਤੀ ਹੈ ਇੱਕ ਇਨਵਾਇਰਮੈਂਟਲ ਕੰਪਨਸੇਸ਼ਨ ਜੋ ਇਨਵਾਇਰਮੈਂਟ ਨੂੰ ਡੈਮੇਜ ਹੋਇਆ ਹਵਾ ਕਰਕੇ ਚਾਹੇ ਪਾਣੀ ਕਰਕੇ ਪੋਲਿਊਸ਼ਨ ਕਰਕੇ
ਉਹ ਅਸੀਂ ਕੈਲਕੂਲੇਟ ਕਰਦੇ ਹਾਂ। ਕੈਲਕੂਲੇਟ ਕਰਕੇ ਜਿਵੇਂ ਉਹ ਦਰਸ਼ਕ ਦਾ ਸਵਾਲ ਸੀ ਵੀ ਪਰਾਲੀ ਤੋਂ ਕਿੰਨਾ ਹੋਇਆ, ਅਸੀਂ ਉਹ ਵੀ ਦੇਖਦੇ ਹਾਂ। ਹਵਾ ਤੋਂ ਕਿੰਨਾ, ਜਿਸ ਤਰ੍ਹਾਂ ਹੁਣ ਵਹੀਕਲਰਸ ਤੋਂ ਕਿੰਨਾ ਹੋਇਆ ਜੀ, ਇੰਡਸਟਰੀ ਤੋਂ ਕਿੰਨਾ ਹੋਇਆ, ਅਸੀਂ ਜਿਹੜਾ ਪੋਲਿਊਸ਼ਨ ਜਿੰਨਾ ਪਾਉਂਦੇ ਹਾਂ ਫਿਰ ਉਸ ਬੰਦੇ ਨੂੰ ਉਹਨਾਂ ਉਹਦੇ 'ਚ ਜਿਹੜਾ ਤੁਹਾਨੂੰ ਮੈਂ ਦੱਸਿਆ ਜਿਹੜਾ ਸਾਡਾ CAQMS ਲੱਗਾ ਹੋਇਆ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਡਾਇਰੈਕਸ਼ਨ ਤੋਂ ਕਿੰਨਾ ਪੋਲਿਊਸ਼ਨ ਉਸ ਟਾਈਮ ਆਇਆ ਔਰ ਉਹਨੇ ਉੱਥੇ ਕਿੰਨਾ ਇੰਪੈਕਟ ਪਾਇਆ। ਅਸੀਂ ਅਕੋਰਡਿੰਗਲੀ ਉਹਦੇ ਬੈਕ 'ਤੇ ਜਾ ਕੇ ਸਾਡੇ ਜਿਹੜਾ ਸਟਾਫ ਵੈਰੀਫਾਈ ਕਰਦਾ ਔਰ ਉਸ ਪੋਲਿਊਸ਼ਨ ਨੂੰ ਸਜ਼ਾ ਵਗੈਰਾ ਦਾ ਪ੍ਰਾਪਤ ਸਜ਼ਾ ਦਾ ਦੱਸ ਰਿਹਾ ਜੀ। ਉਹ ਇਨਵਾਇਰਮੈਂਟਲ ਕੰਪਨਸੇਸ਼ਨ ਅਸੀਂ ਲਗਾਉਣੀ ਸ਼ੁਰੂ ਕਰਤੀ ਹੈ ਜੀ, ਜਿਹਦੇ ਵਿੱਚ ਜੋ ਕਿ ਲੱਖਾਂ 'ਚ ਜਾ ਰਹੀ ਹੈ। ਹੁਣ ਅਸੀਂ ਰੀਸੈਂਟਲੀ ਹੀ 10 ਲੱਖ 15 ਲੱਖ ਦੇ ਇਨਵਾਇਰਮੈਂਟਲ ਕੰਪਨਸੇਸ਼ਨ ਜਲੰਧਰ ਸ਼ਹਿਰ 'ਚ ਲਗਾਈਆਂ ਹਨ। ਪਲੱਸ ਕਿੰਨਾ ਉੱਪਰ ਲਗਾਈਆਂ, ਮਤਲਬ ਸਰਕਾਰੀ ਸੰਸਥਾਵਾਂ ਵੀ, ਸਰਕਾਰੀ ਪ੍ਰਾਈਵੇਟ ਏਜੰਸੀ ਸਭ ਮਿਕਸ ਹੈਗੀਆਂ ਜੀ, ਉਹਨਾਂ 'ਤੇ ਲੱਗ ਰਹੀਆਂ। ਪਲੱਸ ਅਸੀਂ ਪ੍ਰੋਸੀਕਿਊਸ਼ਨਸ ਵੀ ਫਾਈਲ ਕਰਦੇ ਹਾਂ, ਸਾਡੇ ਕੋਲ ਇੱਕ ਕਚਹਿਰੀ 'ਚ ਲਿਜਾ ਕੇ ਕੋਰਟ ਕੇਸ ਵੀ ਅਸੀਂ ਕਰ ਰਹੇ ਹਾਂ। ਸਭ ਕੁਝ ਅਸੀਂ ਕਰ ਰਹੇ ਹਾਂ, ਪੂਰਾ ਅਸੀਂ ਜ਼ੋਰ ਲਗਾਇਆ ਹੋਇਆ ਵੀ ਆਉਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ ਜਾਂ ਪੰਜਾਬ ਸ਼ਹਿਰ ਦੀ ਜਿਹੜੀ ਹਵਾ ਅਸੀਂ ਸਾਫ਼ ਕਰ ਸਕੀਏ। ਲਖਵਾਲੀ ਜੀ, ਗੱਲ ਆਮ ਕਹੀ ਜਾਂਦੀ ਹੈ ਬਾਰ ਬਾਰ ਵੀ ਲਰਨ ਫਰੋਮ ਚਾਈਨਾ ਐਂਡ ਜਪਾਨ ਜੀ, ਉਹਨਾਂ ਨੇ ਕੀ ਖਾਸ ਕੀਤਾ ਹੈ ਉਹਨਾਂ ਮੁਲਕਾਂ ਨੇ ਤਾਂ ਕਿ ਉਹਨਾਂ ਨੇ ਪੋਲਿਊਸ਼ਨ ਨੂੰ ਕੰਟਰੋਲ 'ਚ ਰੱਖਿਆ, ਕਾਫ਼ੀ ਥੱਲੇ ਤੱਕ ਲੈਵਲ ਪਹੁੰਚ ਗਿਆ ਪ੍ਰਦੂਸ਼ਣ ਦਾ? ਇੱਕ ਇਹ ਸਵਾਲ ਤੇ ਤੋਂ ਪਹਿਲਾਂ ਵਾਲਾ ਸਵਾਲ, ਮੈਂ ਦੋਨਾਂ ਦਾ ਇਕੱਠਾ ਜਵਾਬ ਦੇਣਾ ਚਾਹੁੰਦਾ। ਹਾਂਜੀ ਹਾਂਜੀ। ਇੱਕ ਤਾਂ ਇਹ ਕਿ ਵੀ ਜਿਵੇਂ ਸਜ਼ਾ ਦੀ ਗੱਲ ਚੱਲ ਰਹੀ ਹੈ, ਸਜ਼ਾ ਰੱਬ ਦੇ ਹੀ ਤਾਂ ਜਾਂਦਾ ਹੁਣ ਸਾਨੂੰ, ਇਦੋਂ ਵੱਧ ਕੇ ਹੁਣ ਕੀ ਸਜ਼ਾ ਦੇਵੇ ਵੀ ਸਾਨੂੰ ਸਾਹ ਲੈਣਾ ਔਖਾ ਹੋ ਗਿਆ, ਸਾਰੇ ਅਸੀਂ ਪਰੇਸ਼ਾਨੀ 'ਚ ਲੰਘ ਰਹੇ। ਦੂਸਰੀ ਗੱਲ ਇਹ ਕਿ ਜਦੋਂ ਸਾਰਾ ਮੁਲਕ, ਸਾਰੀ ਦੁਨੀਆ ਗੰਦ ਪਾ ਰਹੀ ਹੋਵੇ ਤਾਂ ਤੁਸੀਂ ਕਿਹਨੂੰ ਸਜ਼ਾ ਦਿਓਗੇ? ਸਾਰਿਆਂ ਨੂੰ ਤਾਂ ਬੰਸੀ ਲਾਉਣ ਰਹੇ ਹੈ ਨਾ, ਤਾਂ ਉਹਦਾ ਸੋਲਿਊਸ਼ਨ ਕੀ ਹੈ ਹੈਨਾ? ਤਾਂ ਉਹ ਸੋਲਿਊਸ਼ਨ ਇਹ ਹੈ ਕਿ ਸਾਨੂੰ ਠੀਕ ਹੈ, ਸਰਕਾਰਾਂ ਨੇ ਬਹੁਤ ਵੱਡੇ ਫੈਸਲੇ ਲੈਣੇ ਆ, ਉਹ ਸਾਨੂੰ ਲੀਡ ਕਰਦੀਆਂ ਨੇ, ਸਾਨੂੰ ਰਾਹ ਦਿਖਾਉਂਦੀਆਂ ਨੇ, ਉਹਨਾਂ ਦੇ ਫਰਜ਼ ਆ ਉਹ ਨਿਭਾ ਰਹੀਆਂ ਨੇ। ਪਰ ਐਜ਼ ਏ, ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ, ਐਜ਼ ਏ ਕਾਮਨ ਮੈਨ, ਜਿਹੜਾ ਵੀ ਬੰਦਾ ਹੈਗਾ ਧਰਤੀ 'ਤੇ ਇੱਥੇ ਰਹਿੰਦਾ, ਉਹਨੂੰ ਆਪਣਾ ਰੋਲ ਪਲੇਅ ਕਰਨਾ ਪੈਣਾ। ਇਸ ਜਦੋਂ ਇੰਨਾ ਕੁਛ ਇਸ ਵੱਡੇ ਲੈਵਲ 'ਤੇ ਗੰਧਲਾ ਹੋ ਜਾਵੇ ਨਾ, ਤਾਂ ਉਦੋਂ ਫਿਰ ਇਕੱਲੀਆਂ ਸਜ਼ਾਵਾਂ ਨਾਲ, ਮੇਰਾ ਮੰਨਣਾ ਇਹ ਆ, ਜਾਂ ਇਕੱਲੇ ਕਾਇਦੇ ਕਾਨੂੰਨਾਂ ਨਾਲ ਕੁਛ ਨਹੀਂ ਹੁੰਦਾ। ਕਾਇਦੇ ਕਾਨੂੰਨ ਤਾਂ ਉਦੋਂ ਆ ਨਾ ਜੇ ਹੁਣ 100 ਬੰਦੇ 'ਚੋਂ 2 ਬੰਦੇ ਗਲਤੀ ਕਰ ਰਹੇ ਆ, ਜੇ 99 ਬੰਦੇ ਗਲਤੀ ਕਰ ਰਹੇ ਤਾਂ ਤੁਸੀਂ ਕਿਹਨੂੰ ਕੀ ਕਰੋਗੇ? ਟੋਟਲ 100 ਬੰਦਿਆਂ 'ਚੋਂ ਜਾਂ ਮਤਲਬ ਲੱਖਾਂ 'ਚੋਂ ਆ ਜਾਇਓ ਤਾਂ ਲੱਖਾਂ ਕਰ ਰਹੇ, ਤਾਂ ਉਹਦਾ ਤਾਂ ਹੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਪੂਰ ਕਰਨਾ ਪੈਣਾ। ਤੁਸੀਂ ਨੇਚਰ ਟ੍ਰੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਹੋ, ਅਸੀਂ ਉਸ ਬਾਰੇ ਵੀ ਗੱਲ ਕਰਾਂਗੇ, ਲੇਕਿਨ ਦਰਸ਼ਕ ਦੀ ਦਸਤਕ ਮਿਲ ਗਈ ਹੈ ਸਾਨੂੰ, ਅਸੀਂ ਸਵਾਗਤ ਕਰ ਰਹੇ ਹਾਂ। ਹੈਲੋ ਹੈਲੋ ਜੀ, ਸਰ ਜੀ, ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ। ਜੀ ਗੁਰਪ੍ਰੀਤ ਜੀ, ਹਾਂਜੀ ਸਰ ਜੀ, ਆਪਣੇ ਪ੍ਰਦੂਸ਼ਣ ਦਾ ਜਿਹੜਾ ਕਹਿੰਦੇ ਆ ਧੂੰਏ ਦਾ ਜੀ, ਜਿਹੜੇ ਭੱਠੇ ਆ ਆਪਣੇ ਲੋਕ ਪਲਾਂਟਾਂ ਦੇ, ਦੇਖੋ ਕਿੰਨਾ ਧੂੰਆਂ ਨਿਕਲ ਰਿਹਾ ਜੀ, ਉਹਨਾਂ ਨੂੰ ਕੋਈ ਰੋਕ ਨਹੀਂ ਰਿਹਾ ਜੀ। ਜਿਮੀਦਾਰ ਨੂੰ ਕਹੀ ਜਾਂਦੇ ਵੀ ਤੂੰ ਅੱਗ ਲਾਈ ਆ, ਧੂੰਆਂ ਬਹੁਤ ਕਰਤਾ, ਪ੍ਰਦੂਸ਼ਣ ਬਹੁਤ ਹੋ ਗਿਆ ਜੀ। ਜੀ ਲਖਵਿੰਦਰ ਜੀ, ਇੱਕ ਇਹ ਹੈ, ਉਹਨੂੰ ਨਹੀਂ ਰੋਕਦੇ, ਉਹਨੂੰ ਨਹੀਂ ਕਹਿੰਦੇ, ਉਹੀ ਦੂਸਰੇ ਵੱਲ ਉਂਗਲੀਆਂ ਜ਼ਿਆਦਾ ਹੁੰਦੀਆਂ। ਮੈਂ ਤਾਂ ਇਹ ਗੱਲ ਸ਼ੁਰੂ ਪ੍ਰੋਗਰਾਮ ਦੇ ਸ਼ੁਰੂ 'ਚ ਕਹੀ ਸੀਗੀ, ਪ੍ਰੋਬਲਮ ਸਾਡੇ ਕੀ ਹੈ ਕਿ ਵੀ ਜਿੱਦਾਂ ਹੁਣ ਦੇਖੋ, ਸਾਡਾ ਖੇਤੀ ਪ੍ਰਧਾਨ ਸੂਬਾ, ਜ਼ਿਆਦਾਤਰ ਕਿਸਾਨ ਨੇ ਪਿੰਡਾਂ ਨੂੰ ਬਿਲੋਂਗ ਕਰਦੇ, ਮੈਂ ਖੁਦ ਪਿੰਡ ਨੂੰ ਬਿਲੋਂਗ ਕਰਦਾ, ਹੈ ਨਾ, ਤਾਂ ਉਹ ਚੀਜ਼ ਚੁੱਭਦੀ ਹੈ ਯਾਰ ਵੀ ਅਸੀਂ ਅੰਨਦਾਤਾ ਹੈਗੇ ਹਾਂ, ਸਾਨੂੰ ਕਿਉਂ ਆ? ਪਰ ਪ੍ਰੋਬਲਮ ਇਕੱਲੀ ਅੰਨਦਾਤਾ ਦੀ ਨਹੀਂ ਹੈਗੀ, ਸਾਰੇ ਹੀ, ਮੈਂ ਤਾਂ ਸਾਰੇ ਪ੍ਰੋਗਰਾਮ 'ਚ ਗੱਲ ਹੀ ਇਹ ਕਰ ਰਿਹਾ, ਸਾਰੇ ਕਰ ਰਹੇ ਹਵਾ ਦੀ ਕੋਈ ਸੀਮਾ ਨਹੀਂ, ਸਾਰਿਆਂ ਦਾ ਹੁਣ ਸਾਰੇ ਗੰਦ ਪਾ ਰਹੇ ਅਤੇ ਸਾਰੇ ਹੀ ਉਹਨਾਂ ਮੁਸ਼ਕਲ ਨਾਲ ਜੂਝ ਰਹੇ ਆ, ਅਤੇ ਇਹਦਾ ਸਲਿਊਸ਼ਨ ਵੀ ਸਾਰਿਆਂ ਨੇ ਕੱਢਣਾ। ਅਸੀਂ ਜਿੰਨੇ ਮਰਜ਼ੀ ਕਾਇਦੇ ਕਾਨੂੰਨ ਬਣਾਈਏ, ਜੋ ਮਰਜ਼ੀ ਕਰ ਲਈਏ, ਠੀਕ ਆ, ਉਹ ਆਪਣਾ ਰੋਲ ਪਲੇ ਕਰਨਗੇ, ਬਟ ਅਸਲ ਸਲਿਊਸ਼ਨ ਉਦੋਂ ਸ਼ੁਰੂ ਹੋਣਗੇ ਜਦੋਂ ਸਾਡੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਜਦੋਂ ਹਰ ਗੱਲ ਘਰ 'ਚੋਂ ਇਹ ਆਵਾਜ਼ ਸ਼ੁਰੂ ਆਉਣੀ ਸ਼ੁਰੂ ਹੋ ਗਈ ਕਿ ਯਾਰ ਅਸੀਂ ਸਾਡਾ ਲਾਈਫ ਸਟਾਈਲ ਕਿੱਦਾਂ ਦਾ ਹੋਵੇ ਜਿਹਦੇ ਨਾਲ ਸਾਡੀ ਹਵਾ ਖਰਾਬ ਨਾ ਹੋਵੇ, ਸਾਡਾ ਪਾਣੀ ਖਰਾਬ ਨਾ ਹੋਵੇ, ਸਾਡੀ ਧਰਤ ਖਰਾਬ ਨਾ ਹੋਵੇ। ਬਿਲਕੁਲ ਠੀਕ, ਬਿਲਕੁਲ ਠੀਕ। ਨੇਚਰ ਟ੍ਰੀ ਫਾਊਂਡੇਸ਼ਨ ਜਿਹੜੀ ਹੈ, ਜਿਸ ਤਰ੍ਹਾਂ ਤੁਸੀਂ ਪੇੜਾਂ ਦੇ ਉੱਪਰ ਜ਼ੋਰ ਦਿੰਦੇ ਹੋ ਜੀ, ਇਹ ਵੀ ਇੱਕ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਹੈ। ਦੇਖੋ ਜੀ, ਇਹ ਸ੍ਰਿਸ਼ਟੀ ਦਾ ਮੂਲ ਰੁੱਖ ਨੇ ਜੀ। ਸਾਨੂੰ, ਅਸੀਂ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਸਵਾਲ ਵਿੱਚ ਰਹਿ ਗਏ ਸੀ ਵੀ ਜਿਹੜੇ ਚਾਈਨਾ ਦੇ ਲੋਕ ਕੀ ਕਰ ਰਹੇ ਆ, ਜਪਾਨ ਦੇ ਲੋਕ ਕੀ ਕਰ ਰਹੇ ਆ, ਜਿੰਨੀ ਸਾਡਾ ਜਿੱਡਾ ਵੱਡਾ ਸਾਡਾ ਦੇਸ਼ ਆ, ਜਿੰਨੀ ਆਬਾਦੀ ਆ, ਉਹਨਾਂ ਨੂੰ ਸੁੱਖ ਦਾ ਸਾਹ ਲੈਣ ਲਈ ਜਿਹੜੀ ਸ਼ੁੱਧ ਹਵਾ ਚਾਹੀਦੀ ਆ, ਉਹ ਕਿਸੇ ਵੱਡੀਆਂ ਮਸ਼ੀਨਾਂ ਨੇ ਨਹੀਂ ਦੇਣੀ, ਉਹ ਰੱਬ ਨੇ ਸਾਨੂੰ ਕੁਦਰਤੀ ਰੂਪ 'ਚ ਰੁੱਖ ਦਿੱਤੇ ਹੋਏ ਆ। ਬਿਲਕੁਲ, ਜੇ ਅਸੀਂ ਰੁੱਖਾਂ ਦੀ ਸਾਂਭ ਸੰਭਾਲ ਕਰਾਂਗੇ, ਜੇ ਉਹਨਾਂ ਦੀ ਗਿਣਤੀ ਵਧੂਗੀ ਤਾਂ ਸਾਨੂੰ ਸੁੱਖ ਦਾ ਸਾਹ ਆਉਣਾ ਜੀ। ਬਿਲਕੁਲ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉਤਸਵ 'ਤੇ ਅਸੀਂ 550 ਦਰਖਤ ਹਰ ਪਿੰਡ 'ਚ ਲਾਉਣ ਦਾ ਅਹਿਦ ਕੀਤਾ ਹੈ। ਹਰ ਕੋਈ ਬੰਦਾ ਆਪਣੇ ਜਨਮ ਦਿਨ 'ਤੇ, ਹਰ ਕੋਈ ਬੰਦਾ ਆਪਣੀ ਯੂਨੀਵਰਸਿਟੀ 'ਤੇ ਜਾਂ ਕਿਸੇ ਹੋਰ ਮੌਕੇ 'ਤੇ ਸਿਰਫ ਰੁੱਖ ਲਾਏ ਨਹੀਂ ਬਲਕਿ ਉਹਦਾ ਪਾਲਣ ਪੋਸ਼ਣ ਕਰੇ, ਅਤੇ ਇੱਕ ਬਹੁਤ ਵੱਡਾ ਹੱਲ ਹੋ ਸਕਦਾ ਹੈ। ਕਿਉਂਕਿ ਵੈਸੇ ਵੀ ਕਹਿੰਦੇ ਨੇ, ਇਹ ਲਖਵਿੰਦਰ ਜ਼ਿਆਦਾ ਦੱਸਣਗੇ ਵੀ ਇੱਕ ਵਿਅਕਤੀ ਜਿਹੜਾ ਉਹ 25 ਰੁੱਖ ਚਾਹੀਦੇ ਉਹਦੀ ਆਕਸੀਜਨ ਉਹਨੂੰ ਦੇਣ ਵਾਸਤੇ, ਅਤੇ ਪਿੱਪਲ ਹੋਇਆ, ਨਿੰਮ ਹੋਈ,
ਜਾਂ ਤੁਸੀਂ ਕਹਿ ਦਿਓ ਕਿ ਬੋਹੜ ਹੋਏ, ਇਹ ਤ੍ਰਿਵੇਣੀ ਲੱਗਣੀਆਂ ਚਾਹੀਦੀਆਂ ਨੇ ਜੇ ਅਸੀਂ ਸਮਾਂ ਜ਼ਿੰਦਾ ਰਹਿਣਾ ਚਾਹੁੰਦੇ ਹਾਂ। ਜਿੱਦਾਂ ਉਹਨਾਂ ਨੇ ਕਿਹਾ ਵੀ ਇਹ ਧਰਤੀ ਸਭ ਦੀ ਹੈ, ਸਾਰੇ ਜੀਵਾਂ ਦੀ ਹੈ। ਅਤੇ ਗੱਲ ਇਹ ਹਰਵੀਰ ਸਿੰਘ ਜੀ, ਤੁਹਾਡਾ ਡਿਪਾਰਟਮੈਂਟ, ਲੋਕ ਕਹਿੰਦੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਇਹ ਜ਼ਿੰਮੇਵਾਰੀ, ਇਹ ਜ਼ਿੰਮੇਵਾਰੀ, ਤੁਹਾਡਾ ਡਿਪਾਰਟਮੈਂਟ ਲੋਕਾਂ ਤੋਂ ਕੀ ਚਾਹੁੰਦਾ? ਜਿਸ ਤਰ੍ਹਾਂ ਲਖਵਿੰਦਰ ਜੀ ਨੇ ਕਿਹਾ, ਮੈਂ ਵੀ ਇਹਨਾਂ ਨਾਲ ਸਹਿਮਤ ਹਾਂ ਵੀ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ, ਚਾਹੇ ਉਹ ਇੰਡਸਟਰੀ ਵਾਲਾ ਹੈ, ਚਾਹੇ ਉਹ ਆਟੋਮੋਬਾਈਲ ਵਾਲਾ ਹੈ, ਚਾਹੇ ਕੋਈ ਵੀ ਬੰਦਾ। ਜਦ ਤੱਕ ਉਹ ਬੰਦਾ ਆਪਣੇ ਅੰਦਰ ਝਾਤ ਨਹੀਂ ਮਾਰੇਗਾ ਵੀ ਮੈਂ ਕੀ ਕੰਟਰੀਬਿਊਟ ਕਰ ਰਿਹਾ ਇਸ ਹਵਾ ਦੇ ਪੋਲਿਊਸ਼ਨ ਨੂੰ ਔਰ ਉਹਨੂੰ ਮੈਂ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਤਦ ਤੱਕ ਅਸੀਂ ਜਿਹੜੇ ਸਰਕਾਰੀ ਅਫਸਰ ਹਾਂ, ਅਸੀਂ ਤਾਂ ਪੂਰੀ ਪੁਰਜ਼ੋਰ ਕਰਕੇ ਜਿਹੜੇ ਵੀ ਸਰਕਾਰ ਵੱਲੋਂ ਹਦਾਇਤਾਂ ਉਹ ਅਸੀਂ ਨਿਭਾ ਰਹੇ ਹਾਂ, ਅਸੀਂ ਕਰਦੇ ਜਾਵਾਂਗੇ। ਪਰ ਇਹ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਵੀ ਐਕਸ਼ਨ ਪਲਾਨਸ ਬਣੇ ਹੋਏ ਹਨ, ਪੂਰਾ ਜ਼ੋਰ ਲੱਗਾ ਹੋਇਆ ਔਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹ ਚੀਜ਼ ਦਿਖੇਗੀ ਪੋਲਿਊਸ਼ਨ ਕੰਟਰੋਲ। ਜੀ ਬਿਲਕੁਲ ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ ਆਮ ਜਨਤਾ ਨੂੰ ਜਾਂ ਤੁਸੀਂ ਕਹਿ ਸਕਦੇ ਦਰਸ਼ਕਾਂ ਨੂੰ ਵੀ ਉਹਨਾਂ ਦਾ ਕੀ ਫਰਜ਼ ਬਣਦਾ, ਕੀ ਕਰਨਾ ਚਾਹੀਦਾ? ਦੇਖੋ ਜੀ, ਫਰਜ਼ ਤਾਂ ਇਹ ਬਣਦਾ ਕਿ ਸਾਰੇ ਹੀ, ਜਿੱਦਾਂ ਆਪਣਾ ਗੱਲ ਚੱਲ ਰਹੀ ਹੈ ਹੈ ਨਾ, ਇੱਕ ਬਹੁਤ ਉਹਦੀ ਘੱਟ ਗੱਲ ਡਿਸਕਸ ਹੁੰਦੀ ਹੈ ਜਾਂ ਆਟੋਮੋਬਾਈਲਸ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਗੱਲ ਕਰਦੇ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਚੈੱਕ ਕਰਨ, ਹੈ ਨਾ, ਸਾਡੇ ਜਿੰਨੇ ਸਾਨੂੰ ਫਿਊਲ ਚਾਹੀਦਾ ਸਾਰਿਆਂ ਨੂੰ, ਹੈ ਨਾ, ਚਾਹੇ ਸਾਡੇ ਕੋਲ ਡੀਜ਼ਲ ਵਹੀਕਲ ਨੇ ਜਾਂ ਪੈਟਰੋਲ ਵਹੀਕਲ ਨੇ, ਔਰ ਫਿਊ ਅਸੀਂ ਫੂਡ ਅਡਲਟਰੇਸ਼ਨ ਦੀ ਗੱਲ ਬਹੁਤ ਪਲੇਟਫਾਰਮ 'ਤੇ ਹੁੰਦੀ ਆ, ਫਿਊਲ ਅਡਲਟਰੇਸ਼ਨ ਦੀ ਕਿਤੇ ਨਹੀਂ ਹੁੰਦੀ। ਹੁਣ ਇਹਨਾਂ ਨੇ ਤਾਂ ਦੇਖ ਲਿਆ ਕਿ ਕਿਹੜਾ ਪੰਪ ਜਾਂ ਕਿੱਥੇ ਕੀ ਹੋ ਰਿਹਾ, ਉਸ ਤੋਂ ਬਾਅਦ ਬੰਦਾ ਘਰ ਲਿਆ ਕੇ ਡੀਜ਼ਲ ਲਿਆ ਕੇ ਉਹ 'ਚ ਪਤਾ ਨਹੀਂ ਕੀ ਚੀਜ਼ਾਂ ਮਿਕਸ ਕਰ ਰਿਹਾ ਅਤੇ ਉਹਨੂੰ ਮੁੜ ਕੇ ਰੋਡ 'ਤੇ ਚੱਲ ਰਹੇ ਆ ਉਹ ਵਹੀਕਲ, ਜਦੋਂ ਅਡਲਟਰੇਟਡ ਫਿਊਲ ਵਾਲਾ ਵਹੀਕਲ ਧਰਤੀ ਮਤਲਬ ਦੌੜਦਾ ਨਾ ਸੜਕ 'ਤੇ, ਫਿਰ ਮੌਤ ਬਣਦਾ। ਬਿਲਕੁਲ ਠੀਕ। ਅਤੇ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਹੁਣ ਹਰ ਘਰ 'ਚ ਕਿੱਦਾਂ ਸਰਕਾਰ ਜਾਊਗੀ? ਦਰਸ਼ਕੋ, ਕੋਈ ਕਹਿੰਦਾ ਮੇਰੇ ਪਾਸ ਪੈਸਾ ਹੈ, ਕੋਠੀ ਹੈ, ਬੰਗਲਾ ਹੈ, ਕਾਰ ਹੈ, ਤੇਰੇ ਪਾਸ ਕਿਆ ਹੈ? ਕਹਿੰਦਾ ਮੇਰੇ ਪਾਸ ਸਾਫ਼ ਹਵਾ ਹੈ, ਸਾਫ਼ ਪਾਣੀ ਹੈ, ਸਾਫ਼ ਧਰਤੀ ਹੈ। ਸਭ ਤੋਂ ਵੱਡੀ ਦੌਲਤ ਜਿਹੜੀ ਹੈ ਉਹ ਸਾਫ਼ ਹਵਾ, ਸਾਫ਼ ਪਾਣੀ, ਸਾਫ਼ ਧਰਤੀ ਅਤੇ ਸਾਫ਼ ਵਿਚਾਰ ਹਨ। ਅਸੀਂ ਉਹਨਾਂ ਉੱਪਰ ਜ਼ੋਰ ਦੇਣਾ ਜੇ ਅਸੀਂ ਸੱਚਮੁੱਚ ਅਮੀਰ ਹੋਣਾ ਚਾਹੁੰਦੇ ਹਾਂ। ਸਾਡੀ ਅਸਲੀ ਦੌਲਤ ਉਹੀ ਹੈ ਜਿਹੜੀ ਆਪਣੇ ਬੱਚਿਆਂ ਵਾਸਤੇ ਛੱਡ ਕੇ ਜਾਣੀ ਹੈ। ਅਸੀਂ ਹਰਵੀਰ ਜੀ ਔਰ ਲੱਖੇਵਾਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਰਸ਼ਕੋ, ਮਸਲੇ ਸਿਰਫ ਚਰਚਾ ਨਹੀਂ ਹੋਣੀ ਚਾਹੀਦੀ, ਇਸ 'ਤੇ ਅਮਲ ਔਰ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ, ਤਾਂ ਹੀ ਮਸਲਿਆਂ ਦਾ ਹੱਲ ਮਿਲੇਗਾ। ਇਜਾਜ਼ਤ ਜਾਂਦੇ ਹਾਂ, ਫਿਰ ਮਿਲਾਂਗੇ ਕੋਈ ਹੋਰ ਵਿਸ਼ਾ ਲੈ ਕੇ। ਸ਼ੁਕਰੀਆ।